ਇਹ ਤਾਂ ਕਦੇ ਵੀ ਨਹੀਂ ਹੋਇਆ ਵੀ ਤੁਸੀਂ ਕਹਿੰਦੇ ਵੀ ਡਾਇਰੈਕਟਰ ਵੀ ਸਾਡਾ ਹੋਣਾ ਚਾਹੀਦਾ, ਇੰਜੀਨੀਅਰਸ ਵੀ ਸਾਡੇ ਹੋਣੇ ਚਾਹੀਦੇ, ਕਿਉਂਕਿ ਅਗਲੇ ਨੇ ਕੰਮ ਚਲਾਉਣਾ ਹੈ ਉੱਥੇ, ਸਟੀਲ ਪਲਾਂਟ ਲਾ ਕੇ ਜਾਂ ਕੋਈ ਵੀ ਇੰਡਸਟਰੀ ਲਾ ਕੇ ਉਹਨੂੰ ਪੈਸਾ ਕਮਾਉਣਾ, ਨਾ ਕਿ ਉਹ ਬਰਬਾਦ ਕਰਨਾ ਉਹਨੇ ਦੇਖੋ ਆ ਰਹੇ। ਉਹ ਇਸ ਚੀਜ਼ ਨੂੰ ਨਹੀਂ ਲੈ ਰਹੇ ਵੀ ਜਨਮਤ ਦੇਖੋ ਇਲੈਕਸ਼ਨ ਜੀ ਕਮਿਸ਼ਨ ਕਰੂਗਾ, ਉਹ ਕਹਿੰਦੇ ਵੀ ਜਦੋਂ ਅਸੀਂ ਜਨਮਤ ਕਰਾਂਗੇ ਜਾਂ ਜਦੋਂ ਆਮ ਲੋਕ ਜਨਮਤ ਕਰਨਗੇ ਉਦੋਂ ਸਿੱਖਾਂ ਦੀ ਗਿਣਤੀ ਘਟ ਜੂਗੀ, ਮਤਲਬ ਦੇਖੋ ਹਿੰਦੂਆਂ ਦੀ ਗਿਣਤੀ ਜੀ, ਵੱਧ ਮੈਂ ਜੂਗੀ ਤਾਂ ਇੱਕ ਜਾਂ ਮਿੰਟ, ਦੂਜੀ ਕਮਿਊਨਿਟੀ ਦੀ ਦੇਖੋ ਗਿਣਤੀ ਮੇਰੀ ਵੱਧ ਗੱਲ ਜੂਗੀ। ਸੁਣੋ। ਹੈਲੋ ਦੋਸਤੋ, ਨਮਸਕਾਰ, ਅਦਾਬ, ਸਤਿ ਸ਼੍ਰੀ ਅਕਾਲ, ਰਾਮ ਰਾਮ। ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ, ਨਾਮ ਨਹੀਂ ਮੈਂ ਦੱਸਣਾ ਹੈਗਾ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਬੀਸੀ ਵਿਦ ਭਾਜੀ ਦੇ ਵਿੱਚ, ਤੇ ਤੁਹਾਡਾ ਮਨਪਸੰਦ ਚੈਨਲ ਖਬਰੀ ਲਾਲ ਦੇਖ ਰਹੇ ਹੋ ਤੁਸੀਂ। ਮੈਂ ਆਪਦਾ ਨਾਮ ਤੁਹਾਨੂੰ ਇਸ ਕਰਕੇ ਨਹੀਂ ਦੱਸਦਾ ਕਿਉਂਕਿ ਮੈਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ, ਵਾਰ ਵਾਰ ਮੈਂ ਤੁਹਾਡਾ ਵਾਰ ਵਾਰ ਮੈਂ ਤੁਹਾਨੂੰ ਆਪਣਾ ਨਾਮ ਹੀ ਥੋੜ੍ਹੀ ਦੱਸੀ ਜਾਣਾ, ਨਾਲੇ ਅੱਜ ਭਾਜੀ ਵੀ ਹੈ ਨਹੀਂ ਗੇ, ਅੱਜ ਆਪਾਂ ਖੁੱਲ੍ਹ ਗਏ ਸਿੱਧੇ ਚੱਲਾਂਗੇ, ਤੇ ਇਹਨਾਂ ਦੀ ਇੰਟਰੋਡਕਸ਼ਨ ਮੈਂ ਤੁਹਾਨੂੰ ਕਰਾਉਣਾ ਭੁੱਲ ਗਿਆ। ਮੇਰੇ ਨਾਲ ਨੇ ਬਹੁਤ ਹੀ ਸੂਝਵਾਨ, ਬਹੁਤ ਹੀ ਸਮਝਦਾਰ, ਅੱਜ ਜਿਸ ਚਰਚਾ ਬਾਰੇ ਅਸੀਂ ਗੱਲ ਕਰਾਂਗੇ ਉਹ ਬਹੁਤ ਹੀ ਗੰਭੀਰ ਮੁੱਦਾ, ਇਸ ਕਰਕੇ ਇਹਨਾਂ ਨੂੰ ਅਸੀਂ ਸਪੈਸ਼ਲ ਬੁਲਾਇਆ ਹੈਗਾ। ਕੁਲਦੀਪ ਸਿੰਘ, HMH, ਮੱਚ ਮੱਚ ਨਹੀਂ, HMH, ਯਾਨੀ ਜਿਵੇਂ ਬਠਿੰਡੇ ਦਾ BTI, ਚੰਡੀਗੜ੍ਹ ਦਾ CHD, ਏਦਾਂ ਹੀ ਹਨੂਮਾਨਗੜ੍ਹ ਦਾ HMH, ਸਰਦਾਰ ਕੁਲਦੀਪ ਸਿੰਘ, HMH। ਹਾਂਜੀ, ਸਤਿ ਸ਼੍ਰੀ ਅਕਾਲ। ਕੁਲਦੀਪ ਸਿੰਘ ਹਨੂਮਾਨਗੜ੍ਹ, ਸਤਿ ਸ਼੍ਰੀ ਅਕਾਲ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਕਿਉਂਕਿ ਇਹ ਸਿੱਖ ਚਿੰਤਕ ਅਤੇ ਆਲੋਚਕ ਹਨ, ਤੇ ਜਿਹੜਾ ਮੁੱਦਾ ਹੈਗਾ ਉਹ ਲੁਧਿਆਣਾ ਦੇ ਵਿੱਚ ਲੱਗ ਰਹੇ ਸਟੀਲ ਪਲਾਂਟ ਦਾ ਜਿਹੜਾ ਮੁੱਦਾ ਹੈਗਾ ਉਹਦਾ, ਜਿਹੜੇ ਲੋਕ ਵਿਰੋਧ ਕਰ ਰਹੇ ਆ, ਜਿਹੜੇ ਲੋਕ ਸ਼ਰਤਾਂ ਲਗਾ ਰਹੇ ਆ, ਉਹ ਇਸ ਚੀਜ਼ ਨੂੰ ਸਿੱਖੀ ਨਾਲ ਜੋੜ ਰਹੇ ਆ ਕਿ ਸਿੱਖੀ ਨੂੰ ਹੋ ਸਕਦਾ ਇਹਦੇ ਨਾਲ ਅੱਗੇ ਜਾ ਕੇ ਖਤਰਾ ਹੋਵੇ। ਅੱਛਾ, ਉਹ ਸ਼ਰਤਾਂ ਕੀ ਲਗਾ ਰਹੇ ਆ ਕਿ ਜਿਹੜੇ ਹੈਗੇ ਇੰਪਲੋਈਜ਼ ਹੈਗੇ ਆ ਉਹ ਸਾਰੇ ਦੇ ਸਾਰੇ ਪੰਜਾਬ 'ਚ ਹੋਣੇ ਚਾਹੀਦੇ ਆ, ਇੰਜੀਨੀਅਰਸ ਜਿਹੜੇ ਹੈਗੇ ਆ, ਟੈਕਨੀਕਲ ਜਿਹੜੇ ਹੈਗੇ ਆ, ਉਹ ਸਾਰੇ ਦੇ ਸਾਰੇ ਪੰਜਾਬ 'ਚ ਹੋਣੇ ਚਾਹੀਦੇ ਆ, ਤੇ ਇੱਥੋਂ ਤੱਕ ਕਿ ਜਿਹੜਾ ਡਾਇਰੈਕਟਰ ਵੀ ਹੈਗਾ ਉਹ ਵੀ ਪੰਜਾਬ 'ਚ ਹੀ ਹੋਣਾ ਚਾਹੀਦਾ। ਉਹਨਾਂ ਨੂੰ ਇਸ ਚੀਜ਼ ਦਾ ਡਰ ਹੈ ਜਾਂ ਭੈ ਹੈ ਜਾਂ ਇੱਕ ਸ਼ੰਕਾ ਹੈ ਕਿ ਅੱਗੇ ਜਾ ਕੇ ਜਿਹੜਾ ਹੈਗਾ ਇਹ ਸਿੱਖੀ ਦੇ ਉੱਤੇ ਕੋਈ ਨਾ ਕੋਈ ਸਵਾਲ ਖੜਾ ਕਰੂਗਾ। ਇਸ ਚੀਜ਼ ਤੇ ਗੱਲਬਾਤ ਕਰਨ ਲਈ ਅੱਜ ਆਪਾਂ ਇਹਨਾਂ ਨੂੰ ਸਪੈਸ਼ਲੀ ਇਨਵਾਈਟ ਕੀਤਾ ਤੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਦਾਦੀ, ਸਤਿ ਸ਼੍ਰੀ ਅਕਾਲ। ਅੱਛਾ, ਅੱਜ ਦਾ ਜਿਹੜਾ ਮੁੱਦਾ ਹੈਗਾ ਜੀ, ਜਿਵੇਂ ਮੈਂ ਪਹਿਲਾਂ ਹੀ ਦਰਸ਼ਕਾਂ ਨਾਲ ਗੱਲਬਾਤ ਕੀਤੀ ਹੈ ਕਿ ਜਿਹੜਾ ਲੁਧਿਆਣਾ ਦੇ ਵਿੱਚ ਸਟੀਲ ਪਲਾਂਟ ਲੱਗ ਰਿਹਾ ਹੈਗਾ ਉਹਦੇ ਵਿੱਚ ਕੁਝ ਸ਼ਰਤਾਂ ਰੱਖ ਰਹੇ ਆ ਕੁਝ ਜਥੇਬੰਦੀਆਂ ਕਹਿ ਲਓ, ਤੇ ਉਹਦੇ ਨੂੰ ਸਿੱਖੀ ਨਾਲ ਜੋੜ ਰਹੇ ਹੈਗੇ ਆ। ਸ਼ਰਤਾਂ ਮੈਂ ਤੁਹਾਨੂੰ ਦੱਸਦੀਆਂ, ਜਿਵੇਂ ਕਿ ਉਹ ਕਹਿ ਰਹੇ ਆ ਕਿ ਵੱਧ ਤੋਂ ਵੱਧ ਜਿਹੜੀ ਹੈਗੀ ਆ ਜਾਂ 100% ਹੀ ਲਗਾ ਕੇ ਚੱਲੋ, ਉਹ ਤਾਂ ਜਿਹਨਾਂ ਉਹਨਾਂ ਦੇ ਹਿਸਾਬ ਨਾਲ ਜਿਹੜੇ ਇੰਪਲੋਈਜ਼ ਹੈ ਉਹ ਸਾਰੇ ਪੰਜਾਬ 'ਚ ਹੋਣੇ ਚਾਹੀਦੇ ਆ, ਇੱਥੇ ਤੱਕ ਕਿ ਇੰਜੀਨੀਅਰਸ ਪੰਜਾਬ 'ਚ ਹੋਣੇ ਚਾਹੀਦੇ ਆ, ਤੇ ਹੋਰ ਤਾਂ ਹੋਰ ਜਿਹੜਾ ਡਾਇਰੈਕਟਰ ਹੈਗਾ ਜਿਹੜਾ ਉਸ ਕੰਪਨੀ ਨੂੰ ਟੋਟਲੀ ਜਿਹੜਾ ਕੰਟਰੋਲ ਕਰੂਗਾ ਉਹ ਵੀ ਪੰਜਾਬ ਤੋਂ ਹੋਣਾ ਚਾਹੀਦਾ। ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ? ਦੇਖੋ, ਇਹ ਜਿਹੜੀ ਪਿਰਤ ਹੈ ਇਹ ਬਾਲਾ ਸਾਹਿਬ ਠਾਕਰੇ ਵੇਲੇ ਪਈ ਸੀ, ਉਸ ਗੱਲ ਨੂੰ ਕੈਸ਼ ਕੀਤਾ ਮਮਤਾ ਬੈਨਰਜੀ, ਜਦੋਂ ਨੈਨੋ ਟਾਟਾ ਨੇ ਨੈਨੋ ਬੰਗਾਲ ਦੇ ਵਿੱਚ ਲਾਉਣੀ ਚਾਹੀਦੀ ਸੀ ਕਿਉਂਕਿ ਕਮਿਊਨਿਸਟ ਉਹਨਾਂ ਨੂੰ ਟਾਟਾ ਨੂੰ ਮਤਲਬ ਕਿ ਪ੍ਰੋਸੈਸ ਕਰਕੇ ਲੈ ਕੇ ਗਏ ਸੀਗੇ ਇਸ ਵਿਸ਼ਵਾਸ 'ਚ ਕਿ ਆਪਾਂ ਉੱਥੇ ਪਲਾਂਟ ਲਾਈਏ, ਉੱਥੇ ਬੇਰੁਜ਼ਗਾਰੀ ਵੱਧ ਰਹੀ ਹੈ, ਲੋਕਾਂ ਦੇ ਮਤਲਬ ਕਿ ਜਿਹੜਾ ਲਿਵਿੰਗ ਸਟੈਂਡਰਡ ਆ ਉਹ ਥੱਲੇ ਹੋ ਰਿਹਾ। ਪਰ ਉਦੋਂ ਜਿਹੜੇ ਅਪੋਜੀਸ਼ਨ 'ਚ ਸੀਗੇ ਉਹ ਨਹੀਂ ਸੀ ਚਾਹੁੰਦੇ, ਤੇ ਜਿਹੜੀ ਅੱਜ CM ਹੈ ਮਮਤਾ ਬੈਨਰਜੀ, ਉਹਨਾਂ ਨੇ ਇਸ ਨੂੰ ਬੰਗਾਲ ਦੇ ਵਿੱਚ ਮੁੱਦੇ ਨੂੰ ਲਪਕ ਲਿਆ ਸੀ, ਤੇ ਲਪਕਿਆ ਇਸ ਕਰਕੇ ਸੀ ਕਿਉਂਕਿ ਕੁਛ ਚਿਰ ਪਹਿਲਾਂ ਮਹਾਰਾਸ਼ਟਰ ਦੇ ਵਿੱਚ ਬਾਲਾ ਸਾਹਿਬ ਠਾਕਰੇ ਜਾਂ ਰਾਜ ਠਾਕਰੇ ਨੇ ਇਸ ਗੱਲ ਦੀ ਮੁਹਿੰਮ ਚਲਾਈ ਸੀ। ਉਸ ਚੀਜ਼ ਤੋਂ ਕਈ ਵਾਰੀ ਲੋਕਲ ਜਾਂ ਕਿਸੇ ਆਸੇ ਪਾਸੇ ਭਾਰਤ ਦਾ ਜਿਹੜਾ ਬਹੁ ਭਾਸ਼ੀ ਜਾਂ ਬਹੁ ਸਮਾਜਿਕ ਖਿੱਤਾ ਤਾਣਾ ਬਾਣਾ ਉਸ ਨੂੰ ਮੁੱਖ ਰੱਖ ਕੇ ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਤਾਂ ਇਹ ਵੈਸੇ ਤਾਂ ਸੁਨਹਿਰੇ ਅੱਖਰ ਹੈ ਕਿ ਉੱਤਰ ਭਾਰਤ ਦਾ ਪਹਿਲਾ ਪਲਾਂਟ ਹੈ, ਲੱਗਣਾ ਚਾਹੀਦਾ। ਬਹੁਤ ਘੱਟ ਜਾਣੇ ਜਾਣਦੇ ਹੋਣਗੇ ਕਿ ਜਿਹੜਾ ਟਾਟਾ ਸਮੂਹ ਹੈ ਇਹਦੀ ਬੈਕਗ੍ਰਾਉਂਡ ਪੰਜਾਬੀ ਹੈ, ਇਹ ਪੰਜਾਬੀਅਤ ਨਾਲ ਸੰਬੰਧਿਤ ਨੇ। ਠੀਕ ਹੈ, ਇਸ ਲਈ ਇੱਕ ਰਿਕੁਐਸਟ ਹੈ ਇਹਨਾਂ ਦੇ ਲਈ, ਜੇ ਤੁਸੀਂ ਇਹ ਕਹੋ ਵੀ ਜਿਹੜੇ ਇਹ ਵੀ ਇਹਨਾਂ ਦੀ ਜਿਹੜੀ ਡਿਮਾਂਡ ਹੈ ਉਹਦੇ 'ਚ ਕੋਈ ਅਤਕਤ ਨਹੀਂ ਹੈ, ਜੇ ਇਹ ਇਸ ਤਰ੍ਹਾਂ ਦੀਆਂ ਡਿਮਾਂਡਸ ਦੀ ਪੂਰਤੀ ਭਾਰਤ ਦੇ ਵਿੱਚ ਪਹਿਲਾਂ ਹੋਈ ਹੈ ਤਾਂ ਉਸ ਤਰ੍ਹਾਂ ਦੀ ਪੂਰਤੀ ਇਹਨਾਂ ਨੂੰ ਪੰਜਾਬ ਦੇ ਵਿੱਚ ਵੀ ਕਰਨੀ ਹੀ ਪਊਗੀ। ਅੱਛਾ, ਜਿਵੇਂ ਤੁਸੀਂ ਦੱਸਿਆ ਪੱਛਮ ਬੰਗਾਲ ਦੀ ਉਦਾਹਰਣ ਦਿੱਤੀ ਹੈ ਮਮਤਾ ਬੈਨਰਜੀ ਵਾਲੀ, ਮਮਤਾ ਬੈਨਰਜੀ ਵਾਲਾ ਜਿਹੜਾ ਕੇਸ ਹੋਇਆ ਸੀ ਉਹ ਇਸ ਤਰ੍ਹਾਂ ਹੋਇਆ ਸੀ, ਜਦੋਂ ਉਹਨਾਂ ਨੇ ਜਦੋਂ ਇਲੈਕਸ਼ਨ ਦਾ ਟਾਈਮ ਸੀਗਾ ਉਹਨਾਂ ਨੇ ਪੋਲੀਟੀਕਲ ਸਟੰਟ ਇਹ ਵਰਤਿਆ ਕਿ ਜਿਹੜਾ ਟਾਟਾ ਦਾ ਨੈਨੋ ਪਲਾਂਟ ਹੈਗਾ ਉਹਦੇ ਵਿੱਚ ਉਹਨਾਂ ਨੇ ਕਹਿਤਾ ਕਿ ਇੰਪਲੋਈਜ਼ ਜਿਹੜੇ ਹੈਗੇ ਆ ਸਾਰੇ ਉਹ ਲੋਕਲ ਹੋਣੇ ਚਾਹੀਦੇ ਆ ਜਾਂ ਇੰਜੀਨੀਅਰ, ਪਰ ਉਹਨਾਂ ਨੇ ਡਾਇਰੈਕਟਰ ਨਹੀਂ ਕਿਹਾ, ਕਿਉਂਕਿ ਜਿਹੜਾ ਬੰਦਾ ਪੈਸਾ ਲਗਾਊਗਾ ਨੈਚੁਰਲੀ, ਜਿਵੇਂ ਲੁਧਿਆਣੇ ਵਾਲਾ ਪਲਾਂਟ 2600 ਕਰੋੜ ਰੁਪਏ ਲਾਉਣਾ ਹੈਗਾ ਟਾਟਾ ਸਮੂਹ ਨੇ, ਤਾਂ ਉਸ ਪਲਾਂਟ ਨੂੰ ਰਨ ਕਰਨ ਵਾਸਤੇ ਤਾਂ ਆਪਦਾ ਬੰਦਾ ਤਾਂ ਕੋਈ ਨਾ ਕੋਈ ਹੋਣਾ ਚਾਹੀਦਾ ਹੈ। ਨੰਬਰ 2, ਜਦੋਂ ਮਮਤਾ ਬੈਨਰਜੀ ਇਸ ਪੋਲੀਟੀਕਲ ਸਟੰਟ ਨਾਲ ਉਹਨਾਂ ਨੇ ਸਰਕਾਰ ਬਣਾ ਲਈ, ਜਦੋਂ ਫਿਰ ਉਹ ਇਹ ਪੋਲੀਟੀਕਲ ਲਹਾ ਲੈ ਕੇ ਜਿੱਤ ਗਏ, ਫਿਰ ਦੁਬਾਰਾ ਉਹਨਾਂ ਨੇ ਉਹ ਨੈਨੋ ਪਲਾਂਟ ਨੂੰ ਚਲਾਉਣ ਵਾਸਤੇ ਦੁਬਾਰਾ ਉਹਨਾਂ ਕੋਲ ਰਿਕੁਐਸਟ ਕੀਤੀ ਕਿ ਆਪਾਂ ਪੰਜਾਬ 'ਚ ਵੀ ਐਂ ਕਰਾਂਗੇ। ਦੇਖੋ, ਜਿਵੇਂ
ਇਲੈਕਸ਼ਨਸ ਦੇ ਟਾਈਮ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਅਸੀਂ ਲੇਡੀਜ਼ ਨੂੰ 1,000 ਰੁਪਇਆ ਦੇਵਾਂਗੇ। ਗੁਜਰਾਤ ਦੇ ਵਿੱਚ ਇਲੈਕਸ਼ਨ ਆ, ਉੱਥੇ ਵੀ ਕਹਿ ਰਹੇ ਆ ਕਿ 1,000 ਰੁਪਇਆ ਦੇਵਾਂਗੇ, ਤੇ ਉੱਥੇ ਅਨਾਉਂਸਮੈਂਟ ਇਹ ਹੋਈ ਹੈ ਜਿਵੇਂ ਪੰਜਾਬ ਦੇ ਵਿੱਚ ਜਿਹੜੀਆਂ ਇੰਪਲੀਮੈਂਟੇਸ਼ਨਸ ਅਸੀਂ ਕੀਤੀਆਂ ਉਹ ਹਿਮਾਚਲ ਤੇ ਗੁਜਰਾਤ ਵੀ ਕਰਾਂਗੇ। ਜਦੋਂ ਪੋਲੀਟੀਕਲ ਮੋਟਿਵ ਨਾਲ ਕਿਸੇ ਵੀ ਚੀਜ਼ ਨੂੰ ਇਹ ਇੰਥੋਸਾਈਜ਼ ਕੀਤਾ ਜਾਂਦਾ ਤੇ ਜਿਹੜੇ ਵਿਰੋਧੀ ਹੈ ਉਹ ਉੱਥੇ ਜਾ ਕੇ ਵੀ ਇਸ ਇਹਨਾਂ ਦਾ ਵਿਰੋਧ ਕਰਦੇ, ਤੇ ਉਹ ਇਹ ਚਾਹੁੰਦੇ ਹੈ ਕਿ ਜਿਹੜਾ ਇਹ ਸਿਸਟਮ ਹੈ ਕਿ ਇੱਥੇ ਡਿਸਟਰਬ ਹੋ ਜਾਵੇ। ਜਦੋਂ ਡਿਸਟਰਬ ਕਰਨ ਦੀ ਕੋਸ਼ਿਸ਼ ਹੈ ਤੇ ਪਰ ਕੁਝ ਹੱਦ ਤੱਕ ਉਹਨਾਂ ਦਾ ਇਹ ਗੱਲ ਸਿਨੈਰੀਓ ਠੀਕ ਵੀ ਹੈ ਕਿ ਜਿਹੜੀ ਜਿਹੜਾ ਇਹ ਖਿੱਤਾ ਹੈ ਜਾਂ ਇਹ ਹੈ ਇੱਥੇ ਜ਼ਿਆਦਾ ਹੀ ਪੰਜਾਬੀਆਂ ਨੂੰ ਹੀ ਜ਼ਿਆਦਾ ਮਤਲਬ ਕਿ ਪ੍ਰੋੜਤਾ ਮਿਲਣੀ ਚਾਹੀਦੀ ਹੈ ਉਹਨਾਂ ਦਾ ਕਾਸਟ ਕਲਰ ਕ੍ਰੀਡ ਤੋਂ ਉੱਠੇ ਉੱਠ ਕੇ, ਕਿ ਪੰਜਾਬੀ ਹੈ ਨਾ ਜਿਹੜੇ ਉਹਨਾਂ ਨੂੰ ਜ਼ਿਆਦਾ ਵੱਧ ਤੋਂ ਵੱਧ ਇਸ ਗੱਲ ਦੇ ਵਿੱਚ ਬੈਨੀਫਿਟ ਹੋਣਾ ਚਾਹੀਦਾ ਕਿ ਜਿਹੜੀ ਉਹਨਾਂ ਦੀ ਭਰਤੀ ਹੈ ਜਾਂ ਉਹਨਾਂ ਦੇ ਰੈਂਕਸ ਹੈ ਉਹ ਹੋਣੇ ਚਾਹੀਦੇ ਆ। ਬਾਕੀ ਜੇ ਪੰਜਾਬੀ ਹੋਵੇ, ਚਾਹੇ ਉਹ ਹਿੰਦੂ ਹੋਵੇ ਜਾਂ ਕ੍ਰਿਸਚਨ ਹੋਵੇ ਜਾਂ ਮੁਸਲਿਮ ਹੋਵੇ ਜਾਂ ਸਿੱਖ ਹੋਵੇ, ਜੇ ਆਊਟਸਾਈਡਰ ਆ ਕੇ ਜੇ ਉਹ ਸੈਟੀਸਫਾਈਡ ਕਰਨਾ ਚਾਹੁੰਦੇ ਆ ਤਾਂ ਹੋ ਸਕਦਾ, ਪਰ ਕੁਛ ਲਹਿਜ਼ੇ ਨਾਲ, ਕਿਉਂਕਿ ਜੋ ਕੁਛ ਅਸਾਮ, ਬੰਗਾਲ, ਮਹਾਰਾਸ਼ਟਰ ਜਾਂ ਕਰਨਾਟਕਾ ਜਾਂ ਸਾਊਥ ਦੇ ਵਿੱਚ ਹੋ ਰਿਹਾ ਉਸ ਨੂੰ ਉਸ ਤੋਂ ਹੀ ਇਹ ਪ੍ਰਭਾਵਿਤ ਹੋ ਕੇ ਇਸ ਤਰ੍ਹਾਂ ਦੀਆਂ ਮੰਗਾਂ ਉੱਠਦੀਆਂ ਰੀਜਨਲੀ। ਜਿਹੜਾ ਆਮ ਨਾਰਮਲੀ ਜਿਹੜੇ ਨੋਰਮਸ ਹੁੰਦੇ ਹੈਗੇ ਆ ਇੰਪਲੋਇਮੈਂਟ ਨੂੰ ਜਾਂ ਭਰਤੀ ਦੇ ਜਿਹੇ ਹੁੰਦੇ ਆ, ਉਹਦੇ ਵਿੱਚ ਕੁਛ ਪਰਸੈਂਟੇਜ ਹੁੰਦੀ ਹੈਗੀ ਆ। ਮੰਨ ਲਓ 60-40 ਹੋ ਜੇ ਜਾਂ 50-50 ਹੋ ਜੇ ਜਾਂ 70-30 ਹੋ ਜੇ ਜਾਂ 75-25 ਹੋ ਜੇ, ਏਦਾਂ ਦਾ ਹੋ ਸਕਦਾ ਵੀ ਇੱਕ ਸ਼ਰਤ ਰੱਖ ਦਿੱਤੀ ਜਾਵੇ ਵੀ ਮਤਲਬ 50% ਤੁਸੀਂ ਜਿਹੜੇ ਹੈਗੇ ਇੰਪਲੋਈਜ਼ ਉਹ ਪੰਜਾਬ ਤੋਂ ਲਓ, 50% ਤੁਸੀਂ ਬਾਹਰੋਂ ਮੰਗਾ ਲਓ ਜਾਂ 60% ਪੰਜਾਬ ਤੋਂ ਲੈ ਲਓ, 40% ਬਾਹਰੋਂ ਮੰਗਾ ਲਓ, ਕੁਛ ਇਸ ਤਰ੍ਹਾਂ ਦੇ ਨੋਰਮਸ ਤਾਂ ਹੋ ਸਕਦੇ ਆ। ਜੇ ਕਹੋ ਵੀ 100% ਹੀ ਤੁਹਾਨੂੰ ਪੰਜਾਬ ਤੋਂ ਲੈਣੇ ਪੈਣਗੇ ਤਾਂ ਇਹ ਕੰਡੀਸ਼ਨ ਠੀਕ ਹੈ? ਦੇਖੋ ਇਹ ਇੱਕ ਪੋਲੀਟੀਕਲ ਸਿਨੈਰੀਓ ਵੀ ਹੈ ਤੇ ਪੰਜਾਬ ਦੇ ਵਿੱਚ ਇੰਡਸਟਰੀ ਪਹਿਲੀ ਵਾਰੀ ਆਈ ਹੈ ਤੇ ਇੰਡੀਆ ਦਾ ਇਹ ਦੂਸਰੇ ਦਰਜੇ ਦਾ ਪਲਾਂਟ ਹੈ, ਇਸ ਨੂੰ ਮੌਕੇ ਨੂੰ ਗਵਾਉਣਾ ਨਹੀਂ ਚਾਹੀਦਾ। ਪਰ ਕੁਛ ਨਾ ਕੁਛ ਜਿਹੜੇ ਮਲਟੀਨੈਸ਼ਨਲ ਕੰਪਨੀਆਂ ਨੇ ਜਾਂ ਨੈਸ਼ਨਲ ਲੈਵਲ ਦੀਆਂ ਕੰਪਨੀਆਂ ਨੇ, ਜਿਹੜਾ ਟਾਟਾ ਸਮੂਹ ਹੈ, ਇਹ ਕਿਸੇ ਚੀਜ਼ ਦਾ ਮੁਹਤਾਜ ਨਹੀਂ, ਇਸੇ ਕਰਕੇ ਇਹਨੇ ਨੈਨੋ ਨੂੰ ਉੱਥੋਂ ਹੱਥ ਪਿੱਛੇ ਖਿੱਚਿਆ ਸੀ। ਪਰ ਜਦੋਂ ਜਿੱਥੋਂ ਤੱਕ ਮੈਨੂੰ ਉਮੀਦ ਹੈ ਕਿ ਜਿਹੜੀ ਇੰਪਲਾਇਮੈਂਟ ਦਾ ਪ੍ਰੋਸੈਸ ਹੈ, ਹੋ ਸਕਦਾ ਕਿ ਜਿੰਨੇ ਵੀ ਇੰਪਲਾਈ ਹੈ ਡਾਇਰੈਕਟਰ ਨੂੰ ਛੱਡ ਕੇ, ਹੋ ਸਕਦਾ ਕਿ ਉਹਨਾਂ ਦੇ ਨਾਲ ਜਿਹੜੀ ਰੂਲਿੰਗ ਪਾਰਟੀ ਆ ਉਹ ਇਸ ਨੂੰ ਸਮਝੌਤੇ ਲਈ ਤਿਆਰ ਕਰ ਸਕਦੀ ਹੈ। ਅੱਛਾ, ਜਿੱਥੋਂ ਤੱਕ ਗੱਲ ਇੰਜੀਨੀਅਰਸ ਦੀ ਹੈ, ਮੰਨ ਲਓ ਇਹਨਾਂ ਨੂੰ ਇੱਥੇ ਪੰਜਾਬ ਦੇ ਵਿੱਚ ਉਸ ਤਰ੍ਹਾਂ ਦੇ ਇੰਜੀਨੀਅਰਸ ਨਹੀਂ ਅਵੇਲੇਬਲ ਹੁੰਦੇ, ਤੇ ਫਿਰ ਨੈਚੁਰਲੀ ਉਹਨਾਂ ਨੇ ਆਪਦਾ ਜਿਹੜਾ ਹੈਗਾ ਉਹ ਬਾਹਰ ਦੂਜੀਆਂ ਸਟੇਟਸ ਤੋਂ ਲਾ ਲਓ ਜਾਂ ਜਿੱਥੇ ਇਹਨਾਂ ਦੇ ਪਹਿਲਾਂ ਪਲਾਂਟਸ ਚੱਲ ਰਹੇ ਹੈ ਉੱਥੋਂ ਹੀ ਸ਼ਿਫਟ ਕਰਨਗੇ, ਕਿਉਂਕਿ ਆਪਣੇ ਕੋਲ ਉਹੋ ਜਿਹੀ ਕੋਈ ਪ੍ਰੀ ਪਲੈਨਿੰਗ ਹੈ ਨਹੀਂ ਕਿ ਕਿੱਦਾਂ ਦੀ ਟੈਕਨੀਕਲ। ਐਸੀ ਗੱਲ ਨਹੀਂ ਜੀ, ਕਿਉਂਕਿ ਤੁਸੀਂ ਨੈਟ ਦੇ ਉੱਤੇ ਸਰਚ ਕਰੋ ਕਿ ਜਿਹੜੇ ਪੰਜਾਬੀ ਇੰਜੀਨੀਅਰਸ ਹੈ ਜਾਂ ਪੰਜਾਬੀ ਟੈਕਨੀਸ਼ੀਅਨਸ ਹੈ ਉਹ ਅਵੇਲੇਬਲ ਨੇ, ਪਰ ਜਿਹੜੇ ਬਾਹਰਲੇ ਹੈ ਨਾ ਜਿਹੜੇ ਨੌਨ ਪੰਜਾਬੀ ਹੈ ਉਹ ਚੀਪ ਰੇਟ ਤੇ ਮਿਲਦੇ ਆ, ਜਿਹੜੀ ਲੇਬਰ ਆ ਉਹ ਚੀਪ ਰੇਟ ਤੇ ਮਿਲਦੀ ਹੈ। ਕਾਰਨ ਇਹ ਹੈ ਇਸ ਪ੍ਰੋਸੈਸ ਨੂੰ ਮਤਲਬ ਕਿ ਕੋਈ ਵੀ ਜਿਹੜੇ ਪ੍ਰਾਈਵੇਟਾਈਜੇਸ਼ਨ ਹੈ ਜਿਹੜੀਆਂ ਪ੍ਰਾਈਵੇਟ ਕੰਪਨੀਜ਼ ਆ ਉਹ ਇਸ ਕਰਕੇ ਜਿਹੜੇ ਨੌਨ ਪੰਜਾਬੀਜ਼ ਨੇ ਜਾਂ ਉਹਨਾਂ ਨੂੰ ਜਿਹੜੇ ਨੌਰਥ ਨੌਨ ਨੌਰਥ ਇੰਡੀਅਨਸ ਨੇ ਉਹਨਾਂ ਨੂੰ ਪਹਿਲ ਤਾਂ ਦਿੰਦੇ ਆ ਕਿਉਂਕਿ ਉੱਥੇ ਜਿਹੜੀ ਲੇਬਰ ਆ ਉਹ ਬੜੀ ਸਸਤੀ ਤੇ ਚੀਪ ਹੈ, ਤੇ ਉਹ ਜਿਹੜੀ ਉਹਨਾਂ ਦਾ ਰਹਿਸ਼ੀ ਪ੍ਰਬੰਧ ਵੀ ਉਹ ਵੀ ਉਹ ਉਹਨਾਂ ਨੌਨ ਸਟੈਂਡਰਡ ਤੋਂ ਥੱਲੇ ਹੋ ਸਕਦੇ। ਦੇਖੋ ਇਸ ਗੱਲ ਦੇ ਵਿੱਚ ਮੈਂ ਪਰਸਨਲ ਤੌਰ ਤੇ ਸਹਿਮਤ ਨਹੀਂ ਹਾਂ, ਇਹਦਾ ਕਾਰਨ ਇਹ ਹੈ ਕਿ ਜਿੰਨੀਆਂ ਵੀ ਬਾਹਰੋਂ ਇੰਡਸਟਰੀ ਜਾਂਦੀਆਂ ਜਦੋਂ ਇੰਪਲਾਈਜ਼ ਉਹ ਨਾਲ ਚੱਕਦੇ ਆ ਨਾ ਉਹ ਉਹਨਾਂ ਨੂੰ ਮਹਿੰਗੇ ਪੈਂਦੇ ਆ, ਉਹਨਾਂ ਦੇ ਰਹਿਣ ਦਾ ਵੀ ਦੇਣਾ ਪੈਂਦਾ, ਉਹਨਾਂ ਨੂੰ ਖਾਣ ਦਾ ਵੀ ਦੇਣਾ ਪੈਂਦਾ, ਉਹਨਾਂ ਦੇ ਵਰਕਿੰਗ ਆਵਰਸ ਵੀ ਜ਼ਿਆਦਾ ਹੁੰਦੇ, ਉਹਨਾਂ ਦੀ ਸੈਲਰੀ ਵੀ ਜ਼ਿਆਦਾ ਹੁੰਦੀ ਆ। ਜਿਹੜੀ ਲੋਕਲ ਲੇਬਰ ਹੁੰਦੀ ਆ ਉਹ ਹਮੇਸ਼ਾ ਸਸਤੀ ਹੁੰਦੀ ਆ, ਕੋਈ ਵੀ ਇੰਡਸਟਰੀ ਕੰਮ ਕਰਦੀ ਹੈ ਹਨਾ। ਇੱਥੇ ਜਿਵੇਂ ਆਪਣੇ ਥਰਮਲ ਪਲਾਂਟ ਲੱਗੇ ਸੀਗੇ, ਇਹਨਾਂ ਨੇ ਲੋਕਲ ਲੇਬਰ ਇਸ ਕਰਕੇ ਲਿੱਤੀ ਸੀ ਕਿਉਂਕਿ ਉੱਥੋਂ ਸਸਤੀ ਪੈਂਦੀ ਸੀਗੀ, ਤੇ ਲਿਆਉਣ ਨੂੰ ਤਾਂ ਜਿਵੇਂ ਇਹਨਾਂ ਦੇ ਬਾਹਰ ਪਲਾਂਟ ਚੱਲਦੇ ਹੈਗੇ ਨਾਲ ਉਹਨਾਂ ਨੇ ਕੁਛ ਲੇਬਰ ਲੈ ਕੇ ਆਏ ਸੀ, ਉਹ ਲੇਬਰ ਉਦਾਂ ਦੀ ਲੈ ਕੇ ਆਏ ਸੀ ਜਿਹੜੇ ਟੈਕਨੀਕਲ ਸੀਗੇ, ਜਿਹੜੇ ਇੱਥੇ ਉਹ ਨਹੀਂ ਮਿਲਦੀ ਸੀਗੀ ਲੇਬਰ। ਦੇਖੋ ਉਹ ਇਹਨਾਂ ਨੂੰ ਜੇ ਸਮਝਾਉਣਗੇ, ਸਮਝਾਉਣ ਦੇ ਵਿੱਚ ਸਫਲ ਹੋਏ ਕਿ ਅਸੀਂ ਇਹਨਾਂ ਨੂੰ 2 ਮਹੀਨੇ, 4 ਮਹੀਨੇ ਜਾਂ 6 ਮਹੀਨੇ ਲਈ ਲੈ ਕੇ ਆ ਰਹੇ ਹਾਂ, ਜਿਵੇਂ ਨੈਸਲੇ ਹੈ, ਨੈਸਲੇ ਨੇ ਜਦੋਂ ਮੋਗੇ ਆਪਦੀ ਡੇਅਰੀ ਮਤਲਬ ਕਿ ਲਾਂਚ ਕੀਤੀ ਸੀ ਇੰਡੀਆ ਦੇ ਵਿੱਚ, ਮੈਨੂੰ ਲੱਗਦਾ ਸ਼ਾਇਦ ਪਹਿਲਾ ਜਾਂ ਦੂਸਰਾ ਪਲਾਂਟ ਸੀ ਉਹਨਾਂ ਦਾ, ਜਦੋਂ ਉਹਨੇ ਇਸ ਗੱਲ ਨੂੰ ਲਾਂਚ ਕੀਤਾ ਸੀ ਤਾਂ ਉਹਨਾਂ ਨੇ ਮਤਲਬ ਕਿ ਕੁਛ ਟਾਈਮ ਲਈ ਲੈ ਕੇ ਆਏ ਸੀ, ਜੇ ਇਸ ਗੱਲ ਦੀ ਗਰੰਟੀ ਦਿੰਦੇ ਆ ਤਾਂ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੂੰ ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ, ਪਰ ਵਿਰੋਧ ਉਹਨਾਂ ਦਾ ਜਾਇਜ਼ ਹੈ ਕਿਉਂਕਿ ਸਾਡੇ ਪੰਜਾਬੀਆਂ ਨੂੰ ਜਾਂ ਸਾਡੇ ਜਿਹੜਾ ਮਤਲਬ ਕਿ ਉੱਤਰ ਭਾਰਤ ਦਾ ਇਹ ਖਿੱਤਾ ਹੈ ਜਾਂ ਪੰਜਾਬ ਦੇ ਨਾਲ ਸਰਾਊਂਡਿੰਗ ਜਿਹੜੇ ਡਿਸਟ੍ਰਿਕਟ ਨੇ ਦੂਸਰੀਆਂ ਸਟੇਟਸ ਦੇ, ਉਹਨਾਂ ਨੂੰ ਇਸ ਗੱਲ ਲਈ ਦਿੱਕਤ ਆਉਂਦੀ ਹੈ, ਉਹ ਇਸ ਇੱਥੋਂ ਸਾਰਾ ਕੁਛ ਕਰਕੇ ਐਜੂਕੇਸ਼ਨ ਲੈ ਕੇ ਬਾਹਰ ਜਾ ਰਹੇ, ਬਾਹਰ ਜਾ ਕੇ ਜਿਵੇਂ ਮਤਲਬ ਕਿ ਅਬਰੋਡ ਜਾ ਕੇ ਜੋ ਕੰਮ ਕਰ ਰਹੇ ਆ, ਜਿਹੜੀਆਂ ਚੀਜ਼ਾਂ ਜੇ ਇੱਥੇ ਅਵੇਲੇਬਿਲਿਟੀ ਹੋਊਗੀ ਜਾਂ ਇਹ ਨੋਰਮਸ ਤੇ ਕੰਡੀਸ਼ਨਸ ਜਿਵੇਂ ਮਹਾਰਾਸ਼ਟਰ ਦੇ ਵਿੱਚ, ਅਸਾਮ ਦੇ ਵਿੱਚ ਜਾਂ ਬੰਗਾਲ ਦੇ ਵਿੱਚ ਲੱਗੀਆਂ ਹੋਈਆਂ ਆਲਰੇਡੀ
ਜਾਂ ਸਪੈਸ਼ਲੀ ਹਿਮਾਚਲ ਦੇ ਵਿੱਚ ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ ਹੈਗੀ ਹੈ ਵੀ ਜੇ ਉਹਨਾਂ ਨੇ ਟੌਪ ਮਤਲਬ ਕਿ ਜਿਹੜੇ ਉਹਦੀ ਰੇਸ਼ੋ ਕੀਤੀ ਹੋਈ ਹੈ 10% ਦੀ, ਸਾਡੇ ਰਿਲੇਟਿਵ ਨਾਲ ਇਸ ਗੱਲ ਦਾ ਹੋਇਆ ਕਿਉਂਕਿ ਉਹਨਾਂ ਦੀ ਉਹ ਟੌਪ 3 ਦੇ ਵਿੱਚ ਆ ਗਏ ਸੀ ਐਡਮਿਨਿਸਟ੍ਰੇਸ਼ਨ ਦੇ ਵਿੱਚ, ਪਰ ਉਹਨਾਂ ਨੂੰ ਇਸ ਕਰਕੇ ਸੈਟ ਆਊਟ ਕਰ ਦਿੱਤਾ ਗਿਆ ਕਿਉਂਕਿ ਜਿਹੜੇ ਉਹਨਾਂ ਨੇ 10 ਬੰਦੇ ਲੈਣੇ ਸੀ ਜਾਂ ਉਹਦੇ ਲੈਣੇ ਕਰਨੇ ਸੀ, ਉਹਨਾਂ ਨੇ ਜੰਪ ਆਊਟ ਕਰਤੇ, ਉਹਨਾਂ ਨੇ 9 ਦੀ ਰੇਸ਼ੋ ਕੱਢ ਕੇ ਹੇਠਲੇ ਪਾਸੋਂ ਜੰਪ ਆਊਟ ਕਰਕੇ ਤਿੰਨ ਤਿੰਨ ਉਧਰੋਂ ਲੈ ਲਏ ਤੇ 2 ਟੌਪਰਸ ਲੈ ਲਏ। ਤਾਂ ਇਸ ਗੱਲ ਦੀ ਜਿਹੜੀ ਪ੍ਰੋਸੈਸ ਜਾਂ ਜਿਹੜਾ ਪ੍ਰਬੰਧ ਆਂਢ ਗੁਆਂਢ ਬਣਿਆ ਹੋਇਆ ਉਸ ਤਰ੍ਹਾਂ ਦਾ, ਉਸ ਦਾ ਪ੍ਰਭਾਵ ਪੰਜਾਬੀਅਤ ਤੇ ਪੈਣਾ ਹੀ ਹੈ। ਇਸ ਗੱਲ ਨੂੰ ਅਸੀਂ ਇਹ ਜੇ ਜਿਨ੍ਹਾਂ ਨਿਰਾਪੁਰਾ ਇਹ ਗੱਲ ਕਹਿ ਦਈਏ ਵੀ ਉਹ ਮਤਲਬ ਕਿ ਇਹਨੂੰ ਕ੍ਰਿਮੀਨਲ ਤੌਰ ਤੋਂ ਜਾਂ ਰੇਸ਼ੀਅਲ ਤੌਰ ਤੋਂ ਜਾਂ ਸਮਾਜਿਕ ਤੌਰ ਤੋਂ ਜਾਂ ਪੰਜਾਬੀਅਤ ਤੌਰ ਤੋਂ ਭਾਰਤ ਦੇ ਮਤਲਬ ਕਿ ਜਿਹੜੀ ਪ੍ਰਭੂ ਸੱਤਾ ਉਸ ਨੂੰ ਚੈਲੰਜ ਕਰ ਰਹੇ ਆ, ਐਸੀ ਕੋਈ ਗੱਲ ਨਹੀਂ। ਅੱਛਾ, ਜਿਹੜੀ ਤੁਸੀਂ ਇਹ ਉਦਾਹਰਣ ਦਿੱਤੀ ਹੈ, ਇਹ ਅਦਾਰਾ ਪ੍ਰਾਈਵੇਟ ਹੈ ਜਾਂ ਸਰਕਾਰੀ? ਦੇਖੋ, ਚਾਹੇ ਸਰਕਾਰੀ ਹੈ ਜਾਂ ਅਰਧ ਸਰਕਾਰੀ ਹੈ ਜਾਂ ਪ੍ਰਾਈਵੇਟ ਹੈ, ਕਿਸੇ ਵੀ ਚੀਜ਼ ਨੂੰ ਜਿਵੇਂ ਮਤਲਬ ਕਿ ਅਮਰਿੰਦਰ ਕੈਪਟਨ ਗਵਰਨਮੈਂਟ ਵੇਲੇ ਜਿਹੜਾ ਨੈਸ਼ਨਲ ਲੈਵਲ ਦਾ, ਨਹੀਂ ਪਹਿਲਾਂ ਇਸ ਗੱਲ ਨੂੰ ਸੁਣੋ, ਇਹ ਸਰਕਾਰੀ ਹੈ ਜਾਂ ਪ੍ਰਾਈਵੇਟ? ਕਿਉਂਕਿ ਪ੍ਰਾਈਵੇਟ ਦੇ ਨੋਰਮਸ ਅਲੱਗ ਹੁੰਦੇ ਆ ਤੇ ਸਰਕਾਰੀ ਦੇ ਨੋਰਮਸ ਅਲੱਗ ਹੁੰਦੇ ਆ। ਦੇਖੋ, ਨੋਰਮਸ ਤਾਂ ਆਪਦੇ ਉੱਥੇ ਜਿਹੜੀਆਂ ਜਿਹੜੇ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਆ ਜਾਂ ਉਹਨਾਂ ਦੇ ਜਿਹੜੇ ਉਸ ਨੂੰ ਚਲਾਉਣ ਦਾ ਤਰੀਕਾ ਉਹ ਹੋ ਸਕਦਾ, ਪਰ ਜਿਹੜੇ ਜਦੋਂ ਉਹ ਕੋਈ ਵੀ ਪਲਾਂਟ ਕਿਸੇ ਵੀ ਏਰੀਏ ਦੇ ਵਿੱਚ ਜਾਂ ਕਿਸੇ ਖੇਤਰ ਦੇ ਵਿੱਚ ਜਾਂ ਕਿਸੇ ਜਗ੍ਹਾ ਦੇ ਉੱਤੇ ਲਾਇਆ ਜਾਂਦਾ, ਜਿਹੜੇ ਉਹਦੀ ਸਰਾਊਂਡਿੰਗ ਪਾਪੂਲੇਸ਼ਨ ਹੈ ਜਾਂ ਜਿਹੜਾ ਉਹਦਾ ਆਬਾਦੀ ਆ ਜਾਂ ਜਿਹੜੀ ਉਸ ਤੋਂ ਪ੍ਰਭਾਵਿਤ ਹੋਊਗੀ, ਜਗ੍ਹਾ ਦੇਊਗੀ ਜਾਂ ਉਹ ਕਰੂਗੀ, ਉਹ ਚਾਹੇ ਸਰਕਾਰੀ ਜਾਂ ਅਰਧ ਸਰਕਾਰੀ ਹੈ, ਜਿਵੇਂ ਬਰਨਾਲੇ ਦੇ ਨੇੜੇ ਟ੍ਰਾਈਡੈਂਟ ਹੈ, ਇਹਨਾਂ ਨੇ ਵੀ ਕੀਤਾ ਸੀ, ਇਹਦੇ ਵਿੱਚ ਵੀ ਇਹ ਸ਼ਰਤਾਂ ਹੈ। ਮੈਂ ਕਿਉਂਕਿ ਮੈਂ ਤਾਂ ਬਾਹਰ ਬੈਠਾ, ਇਹਨਾਂ ਚੀਜ਼ਾਂ ਨੂੰ ਉੱਥੋਂ ਵੇਖਿਆ ਵਾਚਿਆ ਵੀ ਕੈਪਟਨ ਅਮਰਿੰਦਰ ਸਿੰਘ ਜਾਂ ਬਾਦਲ ਗਵਰਨਮੈਂਟ ਸੀਗੀ ਜਿਹੜੀ, ਉਹਨਾਂ ਨੇ ਟ੍ਰਾਈਡੈਂਟ ਨੂੰ ਜਗ੍ਹਾ ਨਹੀਂ ਸੀ ਦੇ ਰਹੇ, ਅਕਵਾਇਰ ਨਹੀਂ ਸੀ ਕਰਨ ਦੇ ਰਹੇ, ਉਹਨਾਂ ਸ਼ਰਤਾਂ ਤੇ ਨੋਰਮਸ ਦੇ ਉੱਪਰ ਉਸ ਚੀਜ਼ ਨੂੰ ਉਹਨਾਂ ਨੇ ਪ੍ਰੋਸੈਸ ਕਰਵਾਇਆ। ਉਹ ਫੈਕਟਰੀ ਲਾਉਣ ਵਾਸਤੇ ਤਾਂ ਜਿਹੜੀਆਂ ਇਹ ਸਰਕਾਰ ਸ਼ਰਤਾਂ ਰੱਖ ਸਕਦੀ ਹੈ, ਜੇ ਉਹ ਕਹੇ ਵੀ ਲੇਬਰ ਵੀ ਸਾਡੀ ਲੈਣੀ ਪਊਗੀ, ਇੰਜੀਨੀਅਰ ਵੀ ਸਾਡੇ ਲੈਣੇ ਪੈਣਗੇ, ਡਾਇਰੈਕਟਰ ਵੀ ਸਾਡੇ ਲੈਣੇ ਪੈਣਗੇ, ਇਹ ਜਿਹੜੇ ਬੰਦੇ ਨੇ ਪੈਸਾ ਲਾਉਣਾ ਇਹਨਾਂ ਚੀਜ਼ਾਂ ਤੇ ਉਹ ਨਹੀਂ ਰਾਜੀ ਹੋਊਗਾ। ਦੇਖੋ, ਉਹਨਾਂ ਨੇ ਇਹ ਗੱਲ ਉਹਨਾਂ ਨੇ ਇਹ ਉਹ ਇਹ ਗੱਲ ਦੀ ਡਿਮਾਂਡ ਕਰ ਰਹੇ ਆ ਵੀ ਜਿਹੜਾ ਮਹਾਰਾਸ਼ਟਰ ਦਾ, ਬੰਗਾਲ ਦਾ, ਅਸਾਮ ਦਾ ਜਾਂ ਹਿਮਾਚਲ ਦਾ ਪੈਟਰਨ ਹੈ ਨਾ ਜੀ, ਉਸ ਨੂੰ ਇੰਪਲੀਮੈਂਟ ਕਰ ਦਿਓ, ਉਹ ਉਹਨਾਂ ਦੀ ਜਿਹੜੀ ਰੇਸ਼ੋ ਹੈ ਉਹਨੂੰ ਇੰਪਲੀਮੈਂਟ ਕਰ ਦਿਓ। ਹਾਂ, ਅਗਲਾ ਇੱਕ ਵਾਰੀ ਤਾਂ ਉਹ ਡਾਇਰੈਕਟਰ ਦੀ ਤਾਂ ਗੱਲ ਕਰ ਰਹੇ ਆ ਵੀ ਜੇ ਡਾਇਰੈਕਟਰ ਦੇ ਲਈ ਸਮਝੌਤਾ ਹੋਊਗਾ ਤੇ ਜਿਹੜੇ ਹੇਠਲੇ ਆ ਉਹਨਾਂ ਲਈ ਤਾਂ ਇਹ ਸ਼ਰਤਾਂ ਲਈ ਮੰਨਣ ਦੀ ਗੱਲ ਤਾਂ ਕਰਨਗੇ ਨਾ ਉਹਨਾਂ ਦਾ। ਹੁੰਦਾ ਵੀ ਤੁਸੀਂ 10 ਸ਼ਰਤਾਂ ਰੱਖ ਦਿਓ, ਤੁਹਾਨੂੰ ਪਤਾ ਵੀ 2 ਹੀ ਮੰਨੇ ਜਾਣੇ ਤੇ ਆਪਾਂ ਵੈਸੇ ਆਪਾਂ ਮਲਬੂ ਸਿੱਟ ਪਾ ਦਈਏ, ਇੰਡਸਟਰੀ ਆਉਣ ਤੋਂ ਪਹਿਲਾਂ ਹੀ ਆਪਾਂ ਕਹਿ ਦਈਏ ਵੀ ਤੁਸੀਂ ਤਾਂ ਆਓ ਹੀ ਨਾ। ਇਹ ਨੇਸ਼ਨ ਦੇ ਵਿੱਚ ਅੱਜ ਦਾ ਨਹੀਂ ਹੋ ਰਿਹਾ, ਇਹ ਮਤਲਬ ਕਿ ਕਾਫੀ ਚਿਰ ਤੋਂ ਹੋ ਰਿਹਾ, ਕਿਉਂਕਿ ਇਹ ਤਾਂ ਕਦੇ ਵੀ ਨਹੀਂ ਹੋਇਆ ਵੀ ਤੁਸੀਂ ਕਹਦੇ ਵੀ ਡਾਇਰੈਕਟਰ ਵੀ ਸਾਡਾ ਹੋਣਾ ਚਾਹੀਦਾ, ਇੰਜੀਨੀਅਰਸ ਵੀ ਸਾਡੇ ਹੋਣੇ ਚਾਹੀਦੇ, ਕਿਉਂਕਿ ਅਗਲੇ ਨੇ ਕੰਮ ਚਲਾਉਣਾ ਹੈ ਉੱਥੇ, ਸਟੀਲ ਪਲਾਂਟ ਲਾ ਕੇ ਜਾਂ ਕੋਈ ਵੀ ਇੰਡਸਟਰੀ ਲਾ ਕੇ ਉਹਨੂੰ ਪੈਸਾ ਕਮਾਉਣਾ, ਨਾ ਕਿ ਉਹ ਬਰਬਾਦ ਕਰਨਾ। ਦੇਖੋ, ਮੇਰੀ ਗੱਲ ਸੁਣੋ, ਜਿਹੜੀ ਚੀਜ਼ ਦੀ ਡਿਮਾਂਡ ਉਹਨਾਂ ਨੇ ਕੀਤੀ ਹੈ ਉਸ ਤੋਂ ਇਹਨਾਂ ਨੇ ਲਾਹਾ ਲੈ ਕੇ ਕੁਛ ਨਾ ਕੁਛ ਤਾਂ ਉੱਤੇ ਵਧਣਗੇ ਨਾ ਉਹ ਜਿਹੜਾ। ਮੈਂ ਤਾਂ ਇੱਥੋਂ ਤੱਕ ਕਹਿੰਦਾ ਵੀ ਜਿਹੜਾ ਡਾਇਰੈਕਟਰ ਹੈ ਉਹਨੂੰ ਮਤਲਬ ਕਿ ਜਿਵੇਂ ਉਹ ਮਤਲਬ ਕਿ ਆਊਟਸਾਈਡਰ ਹੋ ਸਕਦਾ, ਕਿਉਂਕਿ ਉਹਨੇ ਉਹਨੂੰ ਡਾਇਰੈਕਟ ਕਰਨਾ ਹੁੰਦਾ, ਨਿਰਦੇਸ਼ਿਤ ਕਰਨਾ ਹੁੰਦਾ, ਨਿਰਦੇਸ਼ ਦੇਣੇ ਹੁੰਦੇ ਆ, ਉਹਨੂੰ ਸਾਰੇ ਨੋਰਮਸ ਫੋਲੋ ਕਰਵਾਉਣੇ ਹੁੰਦੇ ਆ। ਪਰ ਜਿਹੜੀ ਲੇਬਰ ਦੀ ਜਾਂ ਉਹ ਹੈ, ਮੈਂ ਨਹੀਂ ਜੋ ਮੈਂ ਇਹ ਚਾਹਣਾ ਕਿ ਜਿਵੇਂ ਪੀਐਮ ਮੋਦੀ ਵੀ ਆਂਦਾ ਵੀ ਸਾਡਾ ਜਿਹੜਾ ਜਿਹੜਾ ਯੂਥ ਆ ਉਹ ਬਾਹਰ ਜਾ ਰਿਹਾ, ਜਿਹੜੀ ਸਾਡੀ ਸਕਿੱਲ ਆ ਉਹ ਬਾਹਰ ਜਾ ਰਹੀ ਹੈ, ਪਰ ਜਿਵੇਂ ਪੰਜਾਬ ਹੈ ਜਾਂ ਪੰਜਾਬੀਅਤ ਹੈ ਇਹ ਬਾਹਰ ਜਾ ਰਹੇ, ਇਹਦੇ ਵਿੱਚ ਇਕੱਲੇ ਸਿੱਖ ਜਾਂ ਉਹ ਨਹੀਂ ਨਾ ਜਾ ਰਹੇ, ਹਿੰਦੂ ਮੁਸਲਿਮ ਤੇ ਜੇ ਕ੍ਰਿਸਚਨ ਇਹੀ ਵੀ ਜਾ ਰਹੇ। ਕੰਡੀਸ਼ਨ ਜਿਵੇਂ ਆਪਣੇ ਬੱਚੇ ਬਾਹਰ ਜਾ, ਜੇ ਇਹੀ ਕੰਡੀਸ਼ਨ ਦੂਜੀਆਂ ਕੰਟਰੀ ਲਾ ਦੇਣ ਜਾਂ ਦੂਜੇ ਸਟੇਟਾਂ ਵਾਲੇ ਲਾ ਦੇਣ, ਦੇਖੋ ਕੰਟਰੀਜ਼ ਦੀ ਕੀ ਗੱਲ ਹੈ, ਕੰਟਰੀਜ਼ ਨੂੰ ਲੇਬਰ ਚਾਹੀਦੀ, ਉਹ ਪਹਿਲੀ ਗੱਲ ਤਾਂ ਉਹ ਸਾਡੇ ਬੱਚਿਆਂ ਨੂੰ ਐਜੂਕੇਸ਼ਨ ਆਈਲੈਟਸ ਕਰਕੇ ਐਜੂਕੇਸ਼ਨ ਤੇ ਲਿਜਾ ਰਹੇ ਆ, ਉਸ ਤੋਂ ਬਾਅਦ ਜਾ ਕੇ ਉਹਨਾਂ ਤੋਂ ਚੀਪ ਲੇਬਰ ਲੈ ਰਹੇ ਆ, ਜਿੰਨੀ ਉਹ ਐਜੂਕੇਸ਼ਨ ਦਿੰਦੇ ਆ ਜਾਂ ਰਹਿਣ ਦਾ ਪ੍ਰਬੰਧ ਕਰਦੇ ਆ ਉਹਨਾਂ ਨੂੰ ਚੀਪਲੀ ਵਰਤਦੇ ਵੀ ਆ, ਤੇ ਉਹੀ ਉਹ ਜਿਹੜਾ ਸ਼ੋਸ਼ਣ ਉਹ ਕਰਦੇ ਆ ਕੀ ਅਸੀਂ ਚਾਹੁੰਦੇ ਆ ਕਿ ਅਸੀਂ ਸਾਡਿਆਂ ਦਾ ਸ਼ੋਸ਼ਣ ਰੋਕ ਉਹ ਕੇ ਇਸ ਉਹਨਾਂ ਨੂੰ। ਕਰਕੇ ਹੈ ਕਿ ਕਿਉਂਕਿ ਅਸੀਂ ਆਪਦੀ ਮਰਜ਼ੀ ਨਾਲ ਬਾਹਰ ਜਾ ਰਹੇ ਹਾਂ, ਸਾਨੂੰ ਕੋਈ ਇੰਡਸਟਰੀ ਨਹੀਂ ਲੈ ਕੇ ਜਾ ਰਹੀ, ਜਿਹੜੀ ਇੰਡਸਟਰੀ ਲੈ ਕੇ ਆਉਂਦੀ ਹੈ ਉਹ ਨੈਚੁਰਲੀ ਮਹਿੰਗਾ ਪੈਂਦਾ ਉਹਨਾਂ ਨੂੰ। ਨਹੀਂ ਨਹੀਂ ਦੇਖੋ, ਸਾਡਾ ਜਿਹੜਾ ਇਨਫਰਾਸਟ੍ਰਕਚਰ ਹੋ ਗਿਆ ਕਿ ਸਾਡੇ ਕੋਲੇ ਇੱਥੇ ਇੰਡਸਟਰੀ ਨਹੀਂ ਹੈ ਜਾਂ ਸਾਡੇ ਕੋਲੇ ਲਾ ਨਹੀਂ ਰਹੇ, ਜੇ ਲਾ ਰਹੇ ਆ ਲੱਗਣ ਦੇਣੀ ਚਾਹੀਦੀ ਹੈ, ਪਰ ਜਿਹੜੀ ਜਿਹੜੀ ਚੀਜ਼ ਦਾ ਡਾਇਰੈਕਟਰ ਦੀ ਪ੍ਰੋਸੈਸ ਹੈ ਉਹ ਇਸ ਨਾਲ ਹੋ ਸਕਦਾ ਕਿ ਉਹਨਾਂ ਨੂੰ 2 ਮਹੀਨੇ 4 ਮਹੀਨੇ ਦਾ ਸਮਾਂ ਦਿੱਤਾ ਜਾਵੇ, ਕੋਈ ਪੰਜਾਬੀ ਸੋਹਣਾ ਪੰਜਾਬੀ ਇੰਟੈਲੀਜੈਂਟ ਹਿੰਦੂ ਜੈਂਟਲਮੈਨ ਹੈ, ਮੁਸਲਿਮ ਹੈ, ਕ੍ਰਿਸਚਨ ਹੈ, ਇਹ ਜ਼ਰੂਰੀ ਨਹੀਂ ਗਾ ਕਿ ਉਹ ਸਿੱਖ ਹੀ ਹੋਵੇ, ਹੈ, ਪਰ ਹੋ ਸਕਦਾ ਵੱਧ ਤੋਂ ਵੱਧ ਉਹਨਾਂ ਨੂੰ ਇਹ ਚਾਹੀਦਾ ਕਿ ਉਹਨਾਂ ਨੂੰ ਪੰਜਾਬੀਅਤ ਦੇ ਨਾਲ ਪਿਆਰ ਹੋਣਾ ਚਾਹੀਦਾ, ਪੰਜਾਬੀਅਤ ਦੇ ਜਿਹੜੇ ਨੋਰਮਸ ਹੈ ਉਹਨਾਂ ਨੂੰ ਫੋਲੋ ਕਰਕੇ ਜਿਹੜੀ ਆਸੇ ਪਾਸੇ ਦੀ ਸਰਾਊਂਡਿੰਗ ਲੇਬਰ ਹੈ ਜਿਹੜੀ ਉਹ ਉਹਨਾਂ ਨੂੰ ਮੌਕਾ ਵੱਧ ਦੇਣਾ ਚਾਹੀਦਾ।
ਤੁਹਾਡੀ ਵਾਲੀ ਗੱਲ ਸਹੀ ਹੈ, ਨਾਨ ਟੈਕਨੀਕਲ ਲੇਬਰ ਜਿਹੜੀ ਹੈਗੀ ਆ ਉਹ ਲੋਕਲ ਏਰੀਆ ਦੇ ਵਿੱਚੋਂ ਲਿੱਤੀ ਜਾ ਸਕਦੀ ਹੈ, ਕਿਉਂਕਿ ਨਾਨ ਟੈਕਨੀਕਲ ਐਜ਼ ਅ ਹੈਲਪਰ ਉਹਨਾਂ ਨੇ ਕੰਮ ਕਰਨਾ ਹੁੰਦਾ। ਜਿਹੜੀ ਟੈਕਨੀਕਲ ਲੇਬਰ ਹੈਗੀ ਹੈ ਜਾਂ ਜਿਹੜੇ ਇੰਜੀਨੀਅਰਸ ਜਿਹੜੇ ਹੈਗੇ ਆ, ਜਿਹੜੇ ਡਾਇਰੈਕਟਰ ਹੈਗਾ, ਉਹ ਉਹਨਾਂ ਨੂੰ ਐਕਸਪੀਰੀਅੰਸ ਦੀ ਚਾਹੀਦੇ ਹੁੰਦੇ ਹੈਗੇ ਆ, ਉਹ ਇੱਕ ਵਾਰੀ ਆਪਦੇ ਨਾਲ ਉੱਥੇ ਲੈ ਕੇ ਆਉਣਗੇ ਜਾਂ ਦੇਖੋ, ਜਿਹੜੀ ਜਿੱਥੋਂ ਅਵੇਲੇਬਲ ਮੈਂ ਹੁੰਦੀ ਤੁਹਾਨੂੰ ਉਹਨਾਂ ਇੱਕ ਐਗਜ਼ਾਮਪਲ ਦਿੱਤੀ ਸੀ ਨੈਸਲੇ ਦੀ ਵੀ, ਉਹ ਮਤਲਬ ਕਿ 6 ਮਹੀਨੇ ਦੇ ਲਈ ਜਾਂ 3 ਮਹੀਨੇ ਦੇ ਲਈ ਜਾਂ 6 ਮਹੀਨੇ ਦੇ ਲਈ ਲੈ ਕੇ ਆਏ ਸੀ, ਤੇ ਉਹਨਾਂ ਨੇ ਇੱਥੇ ਉਹਨਾਂ ਇੱਥੇ ਹੀ ਉਹਨਾਂ ਨੇ ਇੰਸਟੀਟਿਊਸ਼ਨ ਕ੍ਰੀਏਟ ਕਰਕੇ, ਜੇ ਟਾਟਾ ਉੱਥੇ ਨਾਲ ਹੀ ਉਸ ਪਲਾਂਟ ਦੇ ਨੇੜੇ ਟਾਟਾ ਐਜੂਕੇਸ਼ਨਲ ਇੰਸਟੀਚਿਊਟ ਕ੍ਰੀਏਟ ਕਰਕੇ ਇੱਥੋਂ ਦੇ ਬੱਚਿਆਂ ਨੂੰ, ਪੰਜਾਬੀਆਂ ਨੂੰ ਹੈ ਸਾਰੇ ਨੋਮਸ ਤੋਂ ਖੜੇ ਉੱਠੇ ਉੱਠ ਕੇ ਉਹਨਾਂ ਨੂੰ ਇਸ ਗੱਲ ਦੀ ਐਜੂਕੇਸ਼ਨ ਦਿੰਦਾ, ਤਾਂ ਉਹਦੇ ਨਾਲ ਜਿਹੜਾ 6 ਮਹੀਨੇ ਦਾ ਸਾਲ ਦਾ ਪ੍ਰੋਸੈਸ ਆ ਉਹ ਹੋ ਸਕਦਾ। ਨਹੀਂ ਇਹ ਗੱਲ ਦੇਖੋ, ਇਹ ਜੇ ਟਾਟਾ ਨੇ ਨਹੀਂ ਕਿਹਾਗਾ, ਹੈਨਾ, ਨਹੀਂ ਉਹ ਤੁਸੀਂ ਕਹਿ ਦੂਗਾ, ਤੁਸੀਂ ਤੁਸੀਂ ਕਹੂਗਾ। ਤੁਸੀਂ ਇੱਕ ਆਮ ਇਨਸਾਨ ਹੋ, ਮੈਂ ਇੱਕ ਆਮ ਇਨਸਾਨ ਹਾਂ, ਆਪਾਂ ਇਹ ਗੱਲ ਅੱਜ ਸੋਚ ਸਕਦੇ ਵੀ ਇਦਾਂ ਹੋ ਸਕਦਾ ਵੀ ਜੇ ਉਹਨਾਂ ਨੇ ਕੋਈ ਇਦਾਂ ਦਾ ਮਤਲਬ ਸਮਝ ਲਓ ਵੀ ਟ੍ਰੇਨਿੰਗ ਇੰਸਟੀਚਿਊਟ ਖੋਲਤਾ, ਜਾਂ ਜਦੋਂ ਬੰਦੇ ਉਹ ਬਾਹਰੋਂ ਲਿਆਏ, ਇੱਥੋਂ ਵਾਲੇ ਬੰਦੇ ਨੈਚੁਰਲੀ ਜਿਹੜਾ ਬੰਦਾ ਨਾਲ ਕੰਮ ਕਰਦਾ ਉਹ ਟ੍ਰੇਨ ਹੁੰਦਾ ਹੈਗਾ, ਅਨਸਕਿਲਡ ਹੈ ਫਿਰ ਉਹ ਸਕਿਲਡ ਬਣੂਗਾ, ਫਿਰ ਹੌਲੀ ਹੌਲੀ ਉਹ ਮਸ਼ੀਨਰੀ ਨੂੰ ਆਪਰੇਟ ਕਰਨ ਲੱਗ ਜਾਊਗਾ, ਤੇ ਨੈਚੁਰਲੀ ਫਿਰ ਇੱਥੋਂ ਵਾਲੇ ਬੰਦੇ ਸਾਹਮਣ ਲੱਗ ਜਾਣਗੇ, ਤੇ ਉਹਨਾਂ ਨੂੰ ਜਿਹੜਾ ਬੰਦਾ ਮਹਿੰਗਾ ਪੈਂਦਾ ਉਹ ਉਸ ਬੰਦੇ ਨੂੰ ਵਾਪਸ ਬੈਕ ਟੂ ਪਵੇਲੀਅਨ ਭੇਜਣਗੇ, ਇੱਥੇ ਤਾਂ ਲੋਕਲ ਬੰਦਾ ਅਰੇਂਜ ਕਰਨਗੇ। ਨਹੀਂ, ਰੌਲਾ ਇਹ ਹੈ ਨਾ ਜੀ, ਪਰ ਜਿਹੜੇ ਇਹ ਚੀਜ਼ ਮਤਲਬ ਜਿਹੜੇ ਹੁਣ ਤੋਂ ਜਿਹੜੇ ਪਹਿਲੇ ਰੌਲਾ ਗੈਰ ਪੰਜਾਬੀ ਹਨ ਜੀ, ਇਹਨੂੰ ਧਰਮ ਨਾਲ ਨਾ ਲਾਓ, ਜਿਹੜੇ ਗੈਰ ਪੰਜਾਬੀ ਹਨ ਮੈਂ ਜੀ ਤਾਂ ਧਰਮ ਦੀ ਉਹ ਤਾਂ ਗੱਲ ਹੀ ਨਹੀਂ ਸਸਤੇ, ਕੀਤੀ, ਉਹ ਸਸਤੇ ਪੈਂਦੇ ਆ, ਮੈਂ ਤਾਂ ਧਰਮ ਦੀ ਤਾਂ ਗੱਲ ਜਿਹੜੇ ਹੀ ਨਹੀਂ ਕੀਤੀ। ਉਹ ਹਰ ਚੀਜ਼ ਦੇ ਵਿੱਚ ਸਸਤੇ ਪੈਂਦੇ ਆ, ਜਿਵੇਂ ਤੁਹਾਡੀ ਇੱਥੋਂ ਦੀ ਪੰਜਾਬ ਦੀ ਹੋਟਲ ਇੰਡਸਟਰੀ ਹੈ ਜਾਂ ਉਹ ਹੈ, ਉਹਦੇ ਵਿੱਚ ਵੀ ਜਿਹੜੀ ਚੀਪ ਲੇਬਰ ਆਈ ਹੋਈ ਹੈ ਜਿਹੜੀ ਪੰਜਾਬੀਅਤ ਹੈ, ਜੇ ਉਹ ਆਉਂਦੇ ਵੀ ਹੈ ਤਾਂ ਉਹਨਾਂ ਨੇ ਮਤਲਬ ਕਿ ਕੁਛ ਚਿਰ ਲਈ ਜਾਂ ਇੰਸਟੀਟਿਊਸ਼ਨਸ ਦੇ ਥਰੂ ਮੈਨੇਜਮੈਂਟ ਲਈ ਟ੍ਰੇਨਿੰਗ ਲਈ ਆ ਕੇ ਉਹਨਾਂ ਨੂੰ ਜਾਣਾ ਪੈਂਦਾ। ਬਾਹਰਲੀ ਲੇਬਰ ਤੇ ਇੰਡਸਟਰੀਅਲ ਲੇਬਰ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ। ਬਾਹਰਲੀ ਲੇਬਰ ਦਾ ਜਿਵੇਂ ਲੈ ਕੇ ਆਉਂਦੇ ਆ ਝੋਨਾ ਲਾਉਣ ਵਾਸਤੇ ਲੈ ਕੇ ਆਉਂਦੇ ਆ, ਕਣਕ ਵੱਢਣ ਵਾਸਤੇ ਲੈ ਕੇ ਆਉਂਦੇ ਆ, ਜਾਂ ਛੋਟੀ ਛੋਟੀਆਂ ਜਿਹੜੀਆਂ ਘਰੇ ਫੈਕਟਰੀਆਂ ਲੱਗੀਆਂ ਹੋਈਆਂ ਉਹਨਾਂ ਵਾਸਤੇ ਲੇਬਰ ਜਿਹੜਾ ਲੋਕਲ, ਨਹੀਂ ਨਹੀਂ ਉਹਨਾਂ ਦੇ ਵਿੱਚ ਦੇਖੋ ਤੇ ਇੱਕ ਜਿਹੜੀ ਵੱਡੀ ਇੰਡਸਟਰੀ ਜਿਹੜੀ ਦੇ ਵਿੱਚ ਜਿਹੜੀ ਲੇਬਰ, ਉਹਨਾਂ ਦਾ ਬਹੁਤ ਝੋਨਾ ਫਰਕ ਵਾਲੀ ਹੁੰਦਾ। ਲੇਬਰ ਹੈ ਨਾ ਜੀ, ਉਹ ਤਾਂ ਸੀਜ਼ਨਲ ਆਉਂਦੀ ਹੈ, ਉਹ ਇਸੇ ਕਰਕੇ ਲੈ ਕੇ ਆਉਂਦੇ ਨੇ ਵੀ ਸਸਤੀ ਨਹੀਂ ਪੈਂਦੀ ਹੈ। ਨਹੀਂ, ਉਹ ਸੀਜ਼ ਆਪ ਆਉਂਦੇ ਆ, ਸੀਜ਼ਨਲ ਆਉਂਦੇ ਆ, ਉਹ ਹੁਣ ਆਉਣ ਲੱਗੇ ਜੀ। ਪਹਿਲਾਂ ਉਹਨਾਂ ਨੂੰ ਹੁਣ ਵੀ ਜਿਹੜੇ ਜ਼ਿਮੀਦਾਰ ਜਾ ਕੇ ਆਪਣੇ ਭਰਾ ਹੈਗੇ ਆ ਉੱਥੋਂ ਉਹਨਾਂ ਨਾਲ ਠੇਕਾ ਕਰਕੇ ਲੈ ਕੇ ਆਉਂਦੇ ਆ, ਨਹੀਂ ਉਹਨਾਂ ਨਹੀਂ ਨੂੰ ਸਸਤੀ ਉਹ ਪੈਂਦੀ ਆ, ਇਸ ਲਈ ਕਰਕੇ ਆਉਂਦੇ ਆ, ਹੋਵੇ ਕਿਉਂਕਿ ਇਹ ਤਾਂ ਮੇਰੀ ਗੱਲ ਸੁਣੋ, ਸਮਾਂ ਨਤੀਸ਼ ਕੁਮਾਰ ਦੇ ਰਾਜ ਦੇ ਵਿੱਚ 5-7 ਸਾਲਾਂ ਦੇ ਵਿੱਚ ਲੇਬਰ ਆਉਣੀ ਘਟੀ ਹੈ, ਕਿਉਂਕਿ ਉੱਥੇ ਇਨਫਰਾਸਟ੍ਰਕਚਰ ਖੜਾ ਹੋਣ ਲੱਗ ਗਿਆ, ਠੀਕ ਹੈ ਨਾ ਜੀ। ਤੇ ਪਰ ਜਿਹੜੀ ਗੱਲ ਇਹ ਹੈ, ਇਹ ਜੇ ਤੁਸੀਂ ਇਹ ਆਖਿਆ ਜਾਵੇ ਆਪਦਾ ਰੇਸ਼ੀਅਲਿਜ਼ਮ ਹੈ ਜਿਹੜਾ, ਉਸ ਨੂੰ ਤਾਂ ਪ੍ਰਮੋਟ ਹਰ ਕੋਈ ਕਰਦਾ, ਕਿਉਂਕਿ ਇਸ ਦੀ ਉਦਾਹਰਣ ਬਾਲਾ ਸਾਹਿਬ ਠਾਕਰੇ ਨੇ ਜਾਂ ਮਤਲਬ ਕਿ ਬੰਗਾਲ ਨੇ ਜਾਂ ਆਸਾਮ ਨੇ ਮਤਲਬ ਕਿ ਪੈਦਾ ਕੀਤੀ ਸੀ। ਨਹੀਂ, ਜੇ ਤੁਸੀਂ ਕਹੋਗੇ ਵੀ ਇਹਦੇ ਜੇ ਨਾਲ ਇਸ ਨੂੰ ਤੁਸੀਂ ਜਾਂ ਪੰਜਾਬੀਅਤ ਮਤਲਬ ਨੂੰ ਕਿ ਖਤਰਾ ਸਿੱਖ ਨਾਲ ਜਾਂ ਪੰਜਾਬੀਅਤ ਨਾਲ ਜਾਂ ਸਿੱਖਾਂ ਨਾਲ ਲਾਉਣ ਦੀ ਕੋਸ਼ਿਸ਼ ਕਰਦੇ ਆ, ਤਾਂ ਮੈਂ ਇਸ ਗੱਲ 'ਚ ਤੁਹਾਡੇ ਨਾਲ ਸਹਿਮਤ ਨਹੀਂ। ਪਰ ਜਿਹੜੇ ਲੋਕ ਆਬਜੈਕਸ਼ਨ ਕਰ ਰਹੇ ਆ ਉਹ ਇਸ ਚੀਜ਼ ਨੂੰ ਸਿੱਖੀ ਨਾਲ ਰਲਾ ਲਿਆ ਵੀ ਸਿੱਖਾਂ ਦੀ ਜਿਹੜੀ ਗਿਣਤੀ ਉਹ ਪੰਜਾਬ ਦੇ ਵਿੱਚ ਘਟ ਜੂਗੀ। ਅੱਛਾ, ਮੈਕਸਿਮਮ ਲੇਬਰ ਇੱਕ ਫੈਕਟਰੀ ਦੇ ਵਿੱਚ ਤੁਸੀਂ ਕਿੰਨੇ ਕੁ ਲਾ ਕੇ ਚੱਲਦੇ ਹੋ, ਜੇ ਆਪਾਂ 2000 ਜਾਂ ਵੱਧ ਤੋਂ ਵੱਧ 4000, ਜੇ 50% ਪੰਜਾਬ ਦੀ ਲੇਬਰ ਲੈ ਲਈ ਲੋਕਲ ਇੱਥੋਂ ਲੈ ਲਈ ਤੇ 2000 ਉਹ ਬਾਹਰੋਂ ਲਿਆਏ, ਤੇ ਰੈਫਰੈਂਡਮ ਦੇ ਵਿੱਚ ਉਹ ਮਤਲਬ ਇਦਾਂ ਦੀਆਂ ਗੱਲਾਂ ਕਰ ਰਹੇ ਆ ਵੀ ਜਦੋਂ ਜਨਮਤ ਹੋਇਆ ਤਾਂ ਰੈਫਰੈਂਡਮ ਹੋਇਆ ਤਾਂ ਉਦੋਂ ਜਿਹੜੀ ਸਿੱਖਾਂ ਦੀ ਗਿਣਤੀ ਘਟ ਜੂਗੀ, ਉਹਨਾਂ ਦੀ ਪ੍ਰਤੀਸ਼ਤ ਘਟ ਜੂਗੀ, ਕੀ ਇਹ ਗੱਲ ਸਹੀ? ਰਾਜ ਠਾਕਰੇ ਨੇ ਜਦੋਂ ਬਾਲ ਠਾਕਰੇ ਦੇ ਇਹਨਾਂ ਦੇ ਵਿੱਚ ਪਰਿਵਾਰਕ ਡਿਸਪਿਊਟ ਹੋਇਆ ਸੀ ਤਾਂ ਉਹਨਾਂ ਨੇ ਉੱਥੇ ਇਹ ਗੱਲ ਕਹੀ ਸੀ, ਤੇ ਉੱਥੋਂ ਦੇ ਇਹ ਅਸੈਂਬਲੀ ਦੇ ਵਿੱਚ ਇਹ ਗੱਲ ਮਨਵਾਉਣ ਲਈ ਬਜਿੱਦ ਹੋ ਗਏ ਸੀਗੇ ਵੀ ਜਿਸ ਬੰਦੇ ਨੇ ਲਾਇਸੈਂਸ ਲੈ ਕੇ ਬੰਬੇ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ, ਸਪੈਸ਼ਲੀ ਮੁੰਬਈ ਦੇ ਵਿੱਚ। ਤੁਹਾਡੀ ਗੱਲ ਟੋਕਦਾ, ਇੱਕ ਮਿੰਟ ਪਹਿਲਾਂ ਮੇਰੀ ਹਰ ਗੱਲ ਦਾ ਨਹੀਂ 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 ਇਹ ਇੱਕ ਮਿੰਟ ਪੰਜਾਬ ਦੀ ਗੱਲ ਕਰ ਰਹੇ ਆ, ਪੰਜਾਬ ਦੀ ਗੱਲ ਕਰੀਏ, ਸਾਡਾ ਜਿਹੜਾ ਮੁੰਬਈ ਆ ਉਹ ਸਾਡੀ ਕੈਪੀਟਲ ਰਾਜਧਾਨੀ ਆ, ਆਰਥਿਕ ਰਾਜਧਾਨੀ ਆ, ਅਸੀਂ ਸੇਧ ਕਿੱਥੋਂ ਲਵਾਂਗੇ? ਰਾਜਨੀਤਿਕ ਸੇਧ ਅਸੀਂ ਦਿੱਲੀ ਤੋਂ ਲੈਣੀ ਹੈ, ਜਿਹੜੀ ਆਰਥਿਕ ਸੇਧ ਆ ਅਸੀਂ ਮੁੰਬਈ ਤੋਂ ਲੈਣੀ ਹੈ, ਤੇ ਉਹਦੇ ਵਿੱਚ ਉਹਨਾਂ ਨੇ ਇਸ ਗੱਲ ਲਈ ਇਹ ਕਰਤੇ ਆ ਵੀ ਇਹ ਨੋਮਸ ਪੈਦਾ ਕੀਤੇ ਹੋਏ ਆ ਵੀ ਤੁਸੀਂ ਜੇ ਟੈਕਸੀ ਚਲਾਉਣੀ ਹੈ ਨਾ, ਆਪਾਂ ਗੱਲ ਤਾਂ ਤੁਹਾਡੇ ਕਰ ਰਹੇ ਕੋਲ ਪੰਜਾਬ ਰੈਫਰੈਂਡਮ ਦੀ, 10ਵੀਂ ਦੀ ਗੱਲ ਤਾਂ ਕਰ ਰਹੇ ਆ, ਪੁੱਲੂ ਵਰਗੀਆਂ ਦੀ 10ਵੀਂ ਦਾ ਜਿਹੜੀ ਮਾਰਕਸ਼ੀਟ ਆ ਉਹਦੇ ਵਿੱਚ ਮਰਾਠੀ ਤੁਹਾਡਾ ਹੋਣਾ ਚਾਹੀਦਾ, ਤੁਸੀਂ ਮਤਲਬ ਕਿ ਦਿੱਲੀ ਦਿੱਲੀ ਤੋਂ ਪੰਜਾਬ, ਹਰਿਆਣਾ, ਯੂਪੀ ਤੋਂ ਕਰਕੇ ਆ ਕੇ ਜਿਹੜੀ ਮੁੰਬਈ ਮਾਨਸ ਤੇ ਜਿਹੜੀ ਮਤਲਬ ਕਿ ਯੂਪੀ ਬਿਹਾਰ ਵਾਲਿਆਂ ਨੂੰ ਰਾਜ ਠਾਕਰੇ ਨੇ ਮੁਹਿੰਮ ਚਲਾਈ ਸੀ, ਉਹ ਇਸ ਗੱਲ ਦਾ ਸੀ। ਤੇ ਤਾਂ ਪੰਜਾਬ 'ਚ ਵੀ ਹੈ ਵੀ ਪੰਜਾਬੀ ਹੋਣੀ ਚਾਹੀਦੀ ਹੈ, ਪੰਜਾਬੀ ਦੇਖੋ ਬਾਸ ਹੋਣੀ ਐ ਨਹੀਂ ਹੁੰਦਾ, ਬੰਬਈ ਜਾਣ ਉਹਨਾਂ ਨੇ ਇਹ ਜਿਹੜੀ ਇੱਥੇ ਹੈ ਨਾ, ਇੱਥੇ ਇਹੀ ਹੈ ਵੀ ਇਹ 10ਵੀਂ ਦੇ ਵਿੱਚ ਮਤਲਬ ਕਿ ਤੁਸੀਂ ਹੁਣ ਜਿਹੜੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਹੜੀ ਗਵਰਨਮੈਂਟ ਜੌਬਸ ਹੈ ਉਹਦੇ ਲਈ ਹੈ, ਪਰ ਉਹਨਾਂ ਨੇ ਜਿਹੜੀ ਟੈਕਸੀ ਚਲਾਉਣੀ ਆ ਉਹਦਾ ਬੰਦੇ
ਹਰ ਕੋਈ ਬੰਦੇ ਦਾ ਆਪਦਾ ਨਜ਼ਰੀਆ ਹੁੰਦਾ। ਮੈਂ ਤਾਂ ਇਸ ਗੱਲ ਨਾਲ ਸਹਿਮਤ ਹਾਂ ਕਿ ਜਿਹੜੀ ਪੰਜਾਬੀਅਤ ਹੈ, ਪੰਜਾਬੀਅਤ ਬਰਕਰਾਰ ਰਹਿਣੀ ਚਾਹੀਦੀ ਹੈ। ਉਹ ਚਾਹੇ ਮਤਲਬ ਕਿ ਰਾਜਾ ਰਾਮ ਹੋਵੇ, ਚਾਹੇ ਰਾਜਾ ਸਿੰਘ ਹੋਵੇ, ਚਾਹੇ ਰਾਜਾ ਖਾਨ ਹੋਵੇ, ਚਾਹੇ ਰਾਜਾ ਮਸੀਹ ਹੋਵੇ। ਬਿਲਕੁਲ ਬਿਲਕੁਲ, ਤੇ ਮੈਂ ਇਹ ਇਹਦੇ ਵਿੱਚ ਪੰਜਾਬ ਉਹਨਾਂ ਨੇ ਸਿੱਖੀ ਹਿੰਦੂ ਦੇਖੋ ਨਾ ਇਹਦੇ 'ਚ ਮੁਸਲਿਮ ਜਿਹੜੀ ਦਾ ਰੋਡ ਜਿਹੜੀ ਰਸਤਾ ਦੇਖੋ ਜਿਹੜੀ ਜਨਮਤ ਦੀ ਗੱਲ ਹੈ, ਪੰਜਾਬੀਅਤ ਅੱਜ ਪੰਜਾਬ ਜਿਹੜੇ ਦੋ ਰੈਫਰੈਂਡਮ ਹੋਏ ਆ ਉਹਨਾਂ ਦੇ ਵਿੱਚ ਇੱਕ, ਮੈਂ ਕਈ ਵਾਰੀ ਹੋ ਸਕਦਾ ਇਸ ਚੈਨਲ ਤੇ ਜਾਂ ਪਿੱਛੇ ਹੋਰ ਵੀ ਕਈ ਚੈਨਲ ਤੇ ਇਹ ਗੱਲ ਆਖੀ ਹੈ ਕਿ ਪੰਜਾਬ ਉਹਨਾਂ ਮੋਹਰੀ ਸੂਬਿਆਂ ਦੇ ਵਿੱਚ ਹੈ ਕਿ ਜਿੱਥੇ 98% ਉਹਨਾਂ ਦੀ ਲੋਕਲ ਲੈਂਗੁਏਜ ਦੇ ਜੇ ਸਪੀਕਿੰਗ ਪੀਪਲ ਰਹਿੰਦੇ ਆ, ਉਹਨੂੰ ਉਚਾਰਨ ਕਰਨ ਵਾਲੇ ਰਹਿੰਦੇ। ਨਹੀਂ, ਜਿੱਥੇ 2 ਕਰੋੜ ਦੀ ਆਬਾਦੀ ਹੈ ਉੱਥੇ ਜੇ 2,000 ਬਾਹਰੋਂ ਲੇਬਰ ਆ ਕੇ ਕੰਮ ਕਰਨ ਲੱਗ ਜਾਣਗੇ, ਕੀ ਇਹ 100% ਸ਼ੋਰ ਹੀ ਆ ਉਹ ਸਾਰੇ ਪੰਜਾਬ ਦੇ ਸਿਟੀਜ਼ਨ ਬਣ ਜਾਣਗੇ ਦੇਖੋ ਜਾਂ ਪਹਿਲਾਂ ਕਦੇ ਬਣੇ ਨਹੀਂ ਦੇਖ ਇਹ ਜਾਂ ਇੱਕ ਆਪਣੇ ਵਾਲੇ ਲੋਕ ਜਾ ਦੇਖ ਕੇ ਬਾਹਰ ਰਹਿੰਦੇ ਨਹੀਂ ਕੰਮ ਕਰਨ ਦੇਖੋ ਵਾਸਤੇ? ਆਏ ਆ ਦੇਖੋ ਜਿਹੜੀ ਜਿਹੜੀ ਫਿਲਮ ਇੰਡਸਟਰੀ ਆ ਉਹਦੇ ਵਿੱਚ ਪੰਜਾਬੀਆਂ ਦਾ ਗਲਬਾ, ਪਰ ਉਹਨਾਂ ਨੇ ਉਹਨਾਂ ਨੂੰ ਰਾਜਨੀਤਿਕ ਤੌਰ ਤੇ ਮਤਲਬ ਕਿ ਉਹਨਾਂ ਨੂੰ ਇਸ ਗੱਲ ਲਈ ਪੁੰਗ ਕਰਤਾ ਵੀ ਤੁਸੀਂ ਜਿਹੜੀ ਕੋਈ ਵੀ ਚੀਜ਼ ਹੈ ਪੰਜਾਬੀ ਪ੍ਰਮੋਸ਼ਨ, ਪੰਜਾਬੀ ਕਲਚਰ ਨੂੰ ਪ੍ਰਮੋਟ ਕਰਨ ਦੀ ਬਜਾਏ ਜਿਵੇਂ ਬੀ.ਆਰ. ਚੋਪੜਾ ਸੀਗੇ ਉਹਨਾਂ ਨੇ ਗੱਲ ਨਹੀਂ ਸੀ ਮੰਨੀ, ਜਿਹੜੇ ਬਾਕੀ ਜਿਹੜੇ ਡਾਇਰੈਕਟਰਸ ਆ ਜਿਵੇਂ ਸੁਭਾਸ਼ ਘਈ ਆ ਜਾਂ ਹੋਰ ਹੈ, ਉਹਨਾਂ ਨੇ ਇਸ ਗੱਲ ਨੂੰ ਅਪਣਾ ਲਿਆ ਸੀਗਾ ਕਿ ਉਹਦੇ ਵਿੱਚ ਇੱਕ ਸੌਂਗ ਜਾਂ ਮਤਲਬ ਕਿ ਕੋਈ ਜਾਂ ਇੱਕ ਕਲਚਰਲ ਪ੍ਰੋਸੈਸ ਆ ਜਿਹੜਾ ਉਹ ਮਹਾਰਾਸ਼ਟਰ ਦਾ ਹੋਣਾ ਚਾਹੀਦਾ। ਜੇ ਜਦੋਂ ਇਸ ਚੀਜ਼ ਨੂੰ ਇੰਡਸਟਰੀ ਹੈ ਜਿਹੜੀ ਕੋਈ ਵੀ ਹੈ ਜਿਹੜੀ ਲੋਕਲ ਹੈ, ਜਿਹੜੀ ਬਾਲਾਸਾਹਿਬ ਬਾਲ ਠਾਕਰੇ ਨੇ ਜਿਹੜੀ ਪਿਰਤ ਪਾਤੀ ਨਾ, ਜਦੋਂ ਤੰਦੂਰ ਦੇ ਵਿੱਚ ਆਪਾਂ ਅੱਗ ਪਾਵਾਂਗੇ ਦਿਖਾਵਾਂਗੇ ਉਹ ਧੁਖੂ ਕਿਦਾ, ਉਹਦਾ ਸੇਕ ਤਾਂ ਕੰਧ ਨੂੰ ਜਾਂ ਆਸੇ ਪਾਸੇ ਜਾਊਗਾ। ਅੱਜ ਵੀ ਬਹੁਤ ਸਾਰੀਆਂ ਫਿਲਮਾਂ ਇਦਾਂ ਦੀਆਂ ਬਣਦੀਆਂ ਤੁਹਾਡੇ ਮੁਤਾਬਿਕ ਜਿਹੜੇ ਤੁਸੀਂ ਕਹਿੰਦੇ ਵੀ ਇੱਕ ਉਹਦੇ ਵਿੱਚ ਹੋਣਾ ਹੀ ਚਾਹੀਦਾ, ਨਹੀਂ ਹੈਗਾ। ਠੀਕ ਹੈ, ਨੰਬਰ 2, ਅੱਜ ਵੀ ਬਹੁਤ ਨਹੀਂ ਸਾਰੀਆਂ ਨਹੀਂ ਇੰਡਸਟਰੀ ਮੈਂ ਸੁਣੋ, ਮੇਰੇ ਪਹਿਲਾਂ ਮੈਂ ਇਹ ਗੱਲ ਤੁਹਾਨੂੰ ਇੱਕ ਐਗਜ਼ਾਮਪਲ ਅੱਜ ਵੀ ਦਿੱਤੀ ਬਹੁਤ ਹੈ। ਸਾਰੀ ਇੰਡਸਟਰੀ ਮੈਂ ਚੱਲ ਇਹ ਰਹੀਆਂ ਨਹੀਂ ਕਹਿ ਰਿਹਾ ਵੀ ਲੋਕ ਫਿਲਮ ਕੀ ਕਿਵੇਂ ਬਣ ਰਹੀ ਹੈ, ਫਿਲਮ ਦਾ ਕਈ ਫਿਲਮਾਂ ਤਾਂ ਆਪਣਾ ਪਰਿਵਾਰਕ ਦੇਖਣ ਦੇ ਯੋਗ ਹੀ ਨਹੀਂ ਕਿਉਂਕਿ ਇੰਟਰਨੈਸ਼ਨਲ ਨੋਰਮਸ ਤੇ ਹੋਣ ਲੱਗੀਆਂ। ਆਪਾਂ ਉਸ ਗੱਲ ਉਹ ਨਹੀਂ ਆਪਾਂ ਤਾਂ ਗੱਲ ਹੀ ਨਹੀਂ ਕਰ ਮੈਂ ਰਹੇ, ਤਾਂ ਤੁਹਾਨੂੰ ਬਾਲ ਠਾਕਰੇ ਦੀ ਐਗਜ਼ਾਮਪਲ ਦਿੱਤੀ ਹੈ ਕਿ ਉਹਦੀਆਂ ਸਟੇਟਮੈਂਟਸ ਤੁਸੀਂ ਐਸੀਆਂ ਇੰਡਸਟਰੀ ਦੀ ਗੱਲ ਕੀਤੀ ਹੈ, ਮੈਂ ਕਹਿੰਦਾ ਮੈਂ ਅੱਜ ਵੀ ਉਹ ਪਰਮਿਟ ਮੈਂ ਕੀਤੀ ਉਹਦੀ ਹੈ ਟੈਕਸਟ ਦੇ ਵਿੱਚ ਲਾਇਸੈਂਸ ਲੈ ਕੇ, ਜਿਹੜਾ ਬੰਦਾ ਮਿਹਨਤ ਕਰਕੇ ਯੂਪੀ ਚੋਂ, ਬਿਹਾਰ ਚੋਂ, ਆਸਾਮ ਚੋਂ, ਬੰਗਾਲ ਚੋਂ, ਪੰਜਾਬ ਚੋਂ, ਹਰਿਆਣੇ ਚੋਂ ਜਾਂ ਦਿੱਲੀ ਤੋਂ ਜਾ ਕੇ ਉੱਥੇ ਟੈਕਸੀ ਚਲਾਉਣਾ ਚਾਹੁੰਦਾ ਹੈ ਜਾਂ ਕੰਮ ਕਰਨਾ ਚਾਹੁੰਦਾ ਹੈ, ਉਸ ਗੱਲ ਨੂੰ ਉਹ ਉਹਨਾਂ ਨੇ ਇੱਕ ਉੱਥੇ ਸ਼ਰਤ ਰੱਖਤੀ ਕਿ ਤੁਹਾਡੀ ਜਿਹੜੀ 10ਵੀਂ ਹੈ ਨਾ, ਜੇ ਤੁਸੀਂ ਡਰਾਈਵਿੰਗ ਲਾਇਸੈਂਸ ਲੈਣਾ ਮਹਾਰਾਸ਼ਟਰ ਦੇ ਵਿੱਚ ਤਾਂ ਤੁਹਾਡੀ 10ਵੀਂ ਹੈ ਜਿਹੜੀ ਮਰਾਠੀ ਦੇ ਵਿੱਚ ਕੀਤੀ ਹੋਣੀ ਚਾਹੀਦੀ ਹੈ, ਮਹਾਰਾਸ਼ਟਰੀਅਨ ਬੋਰਡ ਤੋਂ ਕੀਤੀ ਹੋਣੀ ਚਾਹੀਦੀ। ਤੇ ਜਿਹੜੀ ਇੰਡਸਟਰੀ ਦੇ ਵਿੱਚ ਅੱਜ ਵੀ ਰਿਕੁਆਇਰਮੈਂਟ ਨਿਕਲ ਰਹੀ ਹੈ, ਕੋਈ ਇੰਜੀਨੀਅਰ ਦੇ ਨਿਕਲ ਰਹੀ ਹੈ, ਕੋਈ ਟੈਕਨੀਕਲ ਨਿਕਲ ਰਹੀ ਹੈ, ਉਹਦੇ ਵਿੱਚ ਕੋਈ ਉਹਨਾਂ ਨੇ ਇਹ ਨੋਮਸ ਨਹੀਂ ਪਾਇਆ ਹੁੰਦਾ ਵੀ ਤੁਹਾਡੀ ਜਿਹੜੀ 10ਵੀਂ ਹੈ ਉਹ ਮਰਾਠੀ ਹੋਣੀ ਚਾਹੀਦੀ ਹੈ, ਮਹਾਰਾਸ਼ਟਰ ਤੋਂ ਹੋਣੀ ਦੇਖੋ ਉਹਨਾਂ ਚਾਹੀਦੀ ਨੇ ਹੈ, ਇੰਡਰੈਕਟ ਜਾਂਦੇ ਬਹੁਤ ਪੰਜਾਬ ਕੁਝ ਤੋਂ ਬਹੁਤ ਸਾਰੇ ਦੇਖੋ ਇੰਜੀਨੀਅਰ ਜਾਂਦੇ ਉੱਥੇ, ਦੇਖੋ ਬਹੁਤ ਟੈਕਨੀਕਲ ਕੁਝ ਜਾਂਦੇ ਆ, ਜਿਹੜੇ ਇਹੀ ਤਾਂ ਰੋਕਣਾ ਹੈ ਵੀ ਜਿਹੜੇ ਇੰਜੀਨੀਅਰਿੰਗ ਇੰਜੀਨੀਅਰਸ ਜਾਂ ਟੈਕਨੀਸ਼ੀਅਨਸ ਆ ਜਾਂ ਜਿਹੜੇ ਮਤਲਬ ਕਿ ਸਾਡਾ ਜਿਹੜੀ ਕਰੀਮ ਹੈ ਉਹ ਬਾਹਰਲੀਆਂ ਸਟੇਟਾਂ ਦੇ ਵਿੱਚ ਜਾਂ ਅਬਰੋਡ ਜਾਂਦੇ ਆ, ਇਹ ਆਮ ਆਦਮੀ ਪਾਰਟੀ ਦਾ ਉਪਰਾਲਾ ਵਧੀਆ, ਜੇ ਉਹਨਾਂ ਦਾ ਕੋਈ ਖਦਸਾ ਹੈ ਤਾਂ ਉਹ ਨਾਰਮਲੀ ਬਹਿ ਕੇ ਉਹ ਇਸ ਨੂੰ ਮੁੱਦਾ ਜਾਂ ਵਿਵਾਦ ਬਣਾਉਣ ਦੀ ਬਜਾਏ ਇਸ ਤੇ ਨਾਰਮਲੀ ਚਰਚਾ ਕੀਤੀ ਜਾ ਸਕਦੀ ਹੈ, ਉਹਨਾਂ ਨੂੰ ਸਮਝਾਇਆ ਜਾ ਸਕਦਾ। ਪਰ ਮੈਂ ਜਿੱਥੋਂ ਤੱਕ ਹੈ ਮੈਂ ਪੰਜਾਬ ਗਲਤ ਪੰਜਾਬੀ ਮੰਨਦੇ ਹੋ ਨਾ ਵੀ ਇਹਨੂੰ ਰੈਫਰੈਂਡਮ ਨਾਲ ਜੋੜਿਆ ਜਾ ਰਿਹਾ, ਉਹ ਜਨਮਤ ਦਾ ਮਤਲਬ ਇਹ ਥੋੜਾ ਹੈ ਵੀ ਉਹ ਮਤਲਬ ਕਿ ਉਹ ਜਿਹੜੇ ਮਤਲਬ ਕਿ ਬਾਹਰ ਬੈਠੇ ਆ ਜਾਂ ਜਿਹੜਾ ਕੋਈ ਦੇਸ਼ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਤਾਂ ਮੈਨੂੰ ਲੱਗਦਾ ਨਹੀਂ ਕੋਈ ਇਸ ਤਰ੍ਹਾਂ ਦਾ ਕੋਈ ਗੱਲ ਹੋਵੇ ਵੀ ਜਿਹੜਾ ਕਹਿੰਦਾ ਹੋਵੇ ਵੀ ਅਸੀਂ ਜਨਮਤ ਕਰਕੇ ਇਹਨੂੰ ਅੱਡ ਕਰ ਲੈਣਾ। ਜਿੰਨਾ ਚਿਰ ਇਲੈਕਸ਼ਨ ਕਮਿਸ਼ਨ ਦੇ ਨਾਲ ਜਾਂ ਉਹਦੇ ਵੱਲੋਂ ਕੋਈ ਉਹ ਆਪਦਾ ਕੋਈ ਜਿਹੜਾ ਜਨਮਤ ਕਰਾਉਣਾ ਤਾਂ ਇਲੈਕਸ਼ਨ ਕਮਿਸ਼ਨ ਹੀ ਕਰਾਊਗਾ ਨਾ, ਭਾਰਤ ਦਾ ਜਿਹੜਾ ਚੁਣਾਵ ਯੋਗ ਉਹ ਕਰਾਊਗਾ। ਪਰ ਜਿਹੜੇ ਓਬਜੈਕਸ਼ਨ ਲਾ ਰਹੇ ਆ, ਜਿਹੜੇ ਕੰਡੀਸ਼ਨਸ ਲਾ ਰਹੇ ਆ, ਉਹ ਇਸ ਚੀਜ਼ ਨੂੰ ਨਹੀਂ ਲਾ ਰਹੇ ਵੀ ਜਨਮਤ ਦੇਖੋ ਇਲੈਕਸ਼ਨ ਜੀ ਕਮਿਸ਼ਨ ਕਰਾਊਗਾ, ਉਹ ਕਹਿੰਦੇ ਵੀ ਜਦੋਂ ਅਸੀਂ ਜਨਮਤ ਕਰਾਂਗੇ ਜਾਂ ਜਦੋਂ ਆਮ ਲੋਕ ਜਨਮਤ ਕਰਨਗੇ ਉਦੋਂ ਸਿੱਖਾਂ ਦੀ ਗਿਣਤੀ ਘਟ ਜੂਗੀ, ਦੇਖੋ ਮਤਲਬ ਹਿੰਦੂਆਂ ਦੀ ਗਿਣਤੀ ਵੀ ਵੱਧ ਮੈਂ ਜੂਗੀ ਤਾਂ ਜਾਂ ਇੱਕ ਦੂਜੀ ਮਿੰਟ ਕਮਿਊਨਿਟੀ ਦੀ ਦੇਖੋ ਗਿਣਤੀ ਮੇਰੀ ਵੱਧ ਗੱਲ ਜੂਗੀ। ਸੁਣੋ, ਕੋਈ ਵੀ ਚੀਜ਼ ਹੈ ਪੋਲੀਟੀਕਲ ਰੇਸ਼ੋ ਜਾਂ ਪੋਲੀਟੀਕਲ ਜਿਹੜੀ ਕਮਿਊਨਲ ਪ੍ਰੋਸੈਸ ਆ ਉਹਨੂੰ ਹਰ ਕੋਈ ਜਿਹੜਾ ਰਾਜਨੀਤਿਕ ਬੰਦਾ ਕਿਸੇ ਨਬਜ਼ ਨੂੰ ਜਾਂ ਉਸ ਗੱਲ ਨੂੰ ਭਾਵਨਾ ਨੂੰ ਟੁੰਬ ਕੇ ਚੱਲਦਾ, ਜੇ ਪੰਜਾਬੀ ਹਿੰਦੂ ਤੇ ਸਿੱਖ ਪੰਜਾਬੀ ਆਪਦੇ ਮੋਢੇ ਨਾਲ ਮੋਢਾ ਲਾ ਕੇ ਜੋੜ ਕੇ ਕਰਨਗੇ, ਸਾਡੇ ਰਾਜਸਥਾਨ 'ਚ ਜਿਹੜਾ ਸਾਡਾ ਖਿੱਤਾ ਹੈ ਉੱਥੇ ਜਿਹੜੇ ਪੰਜਾਬੀ ਤੇ ਜਾਂ ਜਿਹੜੇ ਰਾਜਸਥਾਨੀ ਬੈਠੇ ਆ ਉਹਨਾਂ ਦਾ ਆਪਸ ਵਿੱਚ ਇੰਨਾ ਘਾਲਮੇਲ ਹੈ ਕਿ ਉਹ ਇੱਕ ਤਾਂ ਤਰੱਕੀ ਪੰਜਾਬੀਆਂ ਕਰਕੇ ਹੋਈ ਹੈ। ਚਲੋ ਠੀਕ ਹੈ ਜੀ, ਗੱਲਾਂ ਤਾਂ ਤੁਹਾਡੇ ਨਾਲ ਹੋਰ ਵੀ ਬਹੁਤ ਸਾਰੀਆਂ ਕਰਨੀਆਂ ਸੀ ਕਿਉਂਕਿ ਇਸ ਚਰਚਾ ਦਾ ਕੋਈ ਅੰਤ ਨਹੀਂ ਹੋ ਸਕਦਾ ਗਾ, ਪਰ ਸਮਾਂ ਇਜਾਜ਼ਤ ਨਹੀਂ ਦਿੰਦਾ ਗਾ ਉਸ ਹਿਸਾਬ ਨਾਲ। ਪਰ ਜਿਹੜਾ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਤੇ ਦਰਸ਼ਕਾਂ ਨੂੰ ਇੱਕ ਗੱਲ ਦੱਸ ਦੇਣਾ ਚਾਹੁੰਦਾ ਕਿ ਭਾਰਤ ਦਾ ਸੰਵਿਧਾਨ ਜਿਹੜਾ ਹੈਗਾ ਉਹ ਇਹ ਇਜਾਜ਼ਤ ਨਹੀਂ ਦਿੰਦਾ, ਨਾ ਹੀ ਉਹਦੇ ਵਿੱਚ ਕੋਈ ਇਦਾਂ ਦੀ ਕਲੋਜ਼ ਹੈ ਜਿਹਦੇ ਵਿੱਚ
ਨਾ ਹੀ ਅੱਗੇ ਕਦੇ ਹੋਣ ਦੀ ਸੰਭਾਵਨਾ ਹੈ। ਤੁਹਾਡਾ ਇਸ ਚਰਚਾ ਬਾਰੇ ਕੀ ਵਿਚਾਰ ਹੈ ਸਾਨੂੰ ਕਮੈਂਟ ਕਰਕੇ ਉਹਦੇ ਵਿੱਚ ਜ਼ਰੂਰ ਦੱਸਿਓ। ਜੇ ਹੋਰ ਵੀ ਤੁਹਾਡਾ ਕੋਈ ਸੁਝਾਅ ਹੈ ਤਾਂ ਸਾਨੂੰ ਉਹ ਵੀ ਜ਼ਰੂਰ ਦੱਸਿਓ। ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਕੱਲ ਫੇਰ ਮਿਲਾਂਗੇ ਇੱਕ ਨਵੇਂ ਮੁੱਦੇ ਦੇ ਨਾਲ। ਉਦੋਂ ਤੱਕ ਸਤਿ ਸ਼੍ਰੀ ਅਕਾਲ। Thank you.